ਹਾਂਜੀ ਦੋਸਤੋ, ਜੇ ਕੈਨੇਡਾ ਦੇ ਵਿੱਚ ਤੁਸੀਂ ਦੇਸੀ ਸਮਾਨ ਲੱਭ ਰਹੇ ਹੋ, ਦੇਸੀ ਗਰੋਸਰੀ ਲੱਭ ਰਹੇ ਹੋ, ਤਾਂ ਉਹ ਤੁਹਾਨੂੰ ਮਿਲੂਗੀ ਫਰੈਸ਼ਕੋ 'ਤੇ ਸਭ ਤੋਂ ਵਧੀਆ। ਹਾਂ, ਵਾਲਮਾਰਟ ਵਗੈਰਾ ਤੋਂ ਵੀ ਮਿਲ ਜਾਂਦੀ ਹੈ, ਲੇਕਿਨ ਉਨੀ ਵਰਾਇਟੀ ਨਹੀਂ ਜਿੰਨੀ ਫਰੈਸ਼ਕੋ 'ਤੇ ਮਿਲਦੀ ਹੈ। ਅਤੇ ਜੇ ਵਾਲਮਾਰਟ ਵਾਲੀ ਤੁਸੀਂ ਮੇਰੀ ਇਨ ਡਿਟੇਲ ਵੀਡੀਓ ਹਜੇ ਤੱਕ ਨਹੀਂ ਦੇਖੀ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਅਤੇ ਆਈ ਬਟਨ 'ਤੇ ਵੀ ਉੱਤੇ ਲਿੰਕ ਫਲੈਸ਼ ਕਰ ਰਿਹਾ ਹੋਊਗਾ, ਉਹ ਵੀ ਦੇਖ ਸਕਦੇ ਹੋ। ਬਟ ਜੇ ਤੁਸੀਂ ਚਾਹੁੰਦਾ ਚਾਹੁੰਦੇ ਕਿ ਫਰੈਸ਼ਕੋ 'ਚ ਇਹੋ ਜਿਹਾ ਕੀ ਖਾਸ ਹੈ, ਤਾਂ ਅੱਜ ਮੈਂ ਚੱਲਿਆ ਵਾਂ ਉਸੇ ਸਟੋਰ ਦੇ ਉੱਤੇ ਸ਼ੋਪਿੰਗ ਕਰਨ, ਥੋੜ੍ਹੀ ਜਿਹੀ ਗਰੋਸਰੀ ਕਰਨ। ਪਲੱਸ ਜਿਹੜੇ ਏਰੀਆ 'ਚ ਮੈਂ ਚੱਲਿਆ ਉਹ ਵੱਜਦਾ ਕੈਲਗਰੀ ਦਾ ਮਿੰਨੀ ਪੰਜਾਬ, ਵਿੱਚ ਮੀਨਸ ਸੈਡਲ ਟਾਊਨ। ਕੈਲਗਰੀ ਵਾਲੇ ਸਮਝ ਗਏ ਹੋਣੇ, ਆਪਣਾ ਬਹੁਤ ਪੰਜਾਬੀ ਭਰਾ ਉੱਥੇ ਰਹਿੰਦੇ ਨੇ, ਦੇਸੀ ਕਮਿਊਨਿਟੀ ਸਾਰੀ ਕਹਿ ਲਓ ਕਿ ਸੈਡਲ ਟਾਊਨ, ਮਾਰਟਿਨਡੇਲ ਵਾਲੇ ਏਰੀਆ 'ਚ ਹੀ ਰਹਿੰਦੀ ਹੈ। ਅਤੇ ਉਸ ਏਰੀਆ ਦੇ ਫਰੈਸ਼ ਕੁਛ ਚੱਲਿਆ, ਅਤੇ ਦੇਖਦੇ ਹਾਂ ਮਹਿਫਲਾਂ ਲੱਗਦੀਆਂ ਨੇ ਬਾਬਿਆਂ ਦੀਆਂ, ਆਪਣੇ ਵਾਲੇ ਬੰਦੇ ਮਿਲਣਗੇ ਉੱਥੇ। ਅਤੇ ਇੱਥੇ ਨਾ ਲੋਕ ਐਗਜ਼ੌਸਟ ਬਹੁਤ ਪਾਉਂਦੇ ਨੇ ਯਾਰ, ਕਿਉਂਕਿ ਉਰੇ ਮੋਡੀਫਿਕੇਸ਼ਨ ਅਲਾਊਡ ਹੈ। ਬਟ ਐਨੀ ਹਾਓ, ਚਲੋ ਆਪਾਂ ਚੱਲਦੇ ਹਾਂ। ਫਿਲਹਾਲ ਮੈਂ ਬੱਸ ਦੀ ਵੇਟ ਕਰ ਰਿਹਾ, ਹਾਲੇ ਇੰਟਰਨੈਸ਼ਨਲ ਸਟੂਡੈਂਟ ਆ, ਹੈ ਨਾ, ਬੱਸਾਂ ਦੇ ਧੱਕੇ ਖਾਣੇ ਨੇ। ਬਟ ਕੋਈ ਨਹੀਂ, ਹੌਲੀ ਹੌਲੀ ਪਾਲਾਂਗੇ ਆਪਣੀਆਂ ਮਸਟੈਂਗਾਂ ਵੀ। ਚਲੋ ਮੈਂ ਵੀ ਚਾਹਦਾ ਤੁਹਾਨੂੰ ਵੀ ਲੈ ਕੇ ਚੱਲਦਾ, ਮੇਰਾ ਵੀ ਫਸਟ ਟਾਈਮ ਹੀ ਅੱਜ। ਦੋਸਤੋ ਆ ਪਹੁੰਚ ਗਏ ਆਪਾਂ, ਚਲੋ ਫਰੈਸ਼ਕੋ 'ਤੇ, ਇਹਦਾ ਨਾਮ ਹੀ ਚਲੋ ਫਰੈਸ਼ਕੋ। ਦੋਸਤੋ ਐਂਟਰ ਕਰਦੇ ਨਾਲ ਆਪਾਂ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਹਾਂ ਫਰੂਟ ਐਂਡ ਵੈਜੀਟੇਬਲ ਵਾਲੇ ਸੈਕਸ਼ਨ 'ਤੇ, ਜਿਹਨੂੰ ਕਿ ਆਪਾਂ ਬਾਅਦ 'ਚ ਦੇਖਦੇ ਹਾਂ। ਪਹਿਲਾਂ ਆਪਾਂ ਚੱਲਦੇ ਹਾਂ ਆਪਣੇ ਮੇਨ ਸੈਕਸ਼ਨ 'ਤੇ, ਜੋ ਕਿ ਸਨੈਕਸ ਸਨੂਕਸ ਵਾਲਾ। ਆ ਗਈ ਸਭ ਤੋਂ ਪਹਿਲਾਂ ਆਪਣੀ ਪੰਜਾਬ ਲਈ ਸ਼ੱਕਰ, ਅਤੇ ਸ਼ੱਕਰ ਤੋਂ ਬਾਅਦ ਆਪਾਂ ਚੱਲਦੇ ਹਾਂ ਗਾਹਾਂ ਨੂੰ। ਗਾਹਾਂ ਨੂੰ ਜਾ ਕੇ ਆ ਗਏ ਆਪਣੇ ਜੂਸ ਵਗੈਰਾ ਲੱਗੇ ਹੋਏ ਨੇ, ਹੈ ਨਾ। ਅਤੇ ਆ ਆਪਣਾ ਗੋਪਾਲ ਦੇ ਪਤਾ ਨਹੀਂ ਕਿਹੜੇ ਕਿਹੜੇ ਸਨੈਕਸ, ਮਤਲਬ ਇਹੋ ਜਿਹੀ ਚੀਜ਼ਾਂ ਵੀ ਤੁਹਾਨੂੰ ਮਿਲ ਜਾਣਗੀਆਂ ਜਿਹੜੀ ਤੁਸੀਂ ਕਦੇ ਪੰਜਾਬ 'ਚ ਨਹੀਂ ਦੇਖੀਆਂ ਹੋਣਗੀਆਂ। ਆਹ ਦੇਖੋ ਦੋਸਤੋ, ਸਾਰੇ ਆਪਣੇ ਹਲਦੀ ਰਾਮ ਦੇ ਸਨੈਕਸ ਵਗੈਰਾ ਇੱਥੋਂ ਮਿਲ ਜਾਣਗੇ। ਮੁੰਡੇ ਬਿਸਕਿਟ ਪਏ ਨੇ, ਹੋਰ ਅੱਗੇ ਅੱਗੇ ਕੀ ਹੈ, ਅੱਗੇ ਚਿਪਸ ਚੁਪਸ ਜਮੀ ਦੇਸੀ ਸਮਾਨ, ਮਤਲਬ ਫਰੂਟੀ ਪਈ ਹੈ ਆਪਣੀ ਇੰਡੀਆ ਵਾਲੀ, ਜਿਹੋ ਜਿਹੇ ਆਪਾਂ ਇੰਡੀਆ 'ਚ ਪੀਂਦੇ ਹੁੰਦੇ ਹਾਂ, ਜਾਂ ਸੇਮ ਹੀ ਆ ਮੂੰਗਫਲੀਆਂ ਮਠਰੀ, ਲਾਈਕ ਕੌਣ ਕਹਿ ਦੋ ਵੀ ਇਹ ਕੈਨੇਡਾ ਯਾਰ। ਸਾਰਾ ਆਪਣਾ ਸਮਾਨ ਪਿਆ ਡਾਇਮੰਡ ਦੇ ਚੁਲਬੁਲੇ ਤੱਕ, ਤੁਸੀਂ ਆਪਣੇ ਅੰਦਾਜ਼ਾ ਲਾ ਲਓ ਡਾਇਮੰਡ ਦੇ ਚੁਲਬੁਲੇ। ਸਭ ਕੁਛ ਇੱਥੋਂ ਮਿਲ ਜਾਣਾ, ਵੇਰਕਾਂ ਦੀਆਂ ਫੁੱਲੀਆਂ, ਮਖਾਣੇ 50-50, ਕਰੈਕ ਜੈਕ, ਬ੍ਰਿਟੈਨੀਆ, ਦੇ ਹੈਵ ਐਵਰੀਥਿੰਗ, ਲਾਈਕ ਕੇਕਸ ਵਗੈਰਾ ਵੀ। ਸਭ ਤੋਂ ਘੈਂਟ ਚੀਜ਼ ਹੈਗੀ ਇਹਨਾਂ ਦੀ ਆਹ ਗੋਲ ਗੱਪੇ, ਆ ਦੇਖੋ ਉਰੇ ਬਣੇ ਬਣਾਏ ਗੋਲ ਗੱਪੇ ਮਿਲਦੇ ਨੇ, ਇਹ 'ਚ ਪਾਣੀ ਦਾ ਮਸਾਲਾ ਪਿਆ ਹੁੰਦਾ, ਬਸ ਪਾਣੀ 'ਚ ਖੋਲੋ ਅਤੇ ਖਾਓ। ਇਹ ਹੈਗੇ ਨੇ $11 ਦੇ, ਠੀਕ ਹੈ, ਮਤਲਬ ਇਨਫ ਗੋਲ ਗੱਪੇ, ਨਾਲ ਮਿੱਠੀ ਵਗੈਰਾ। ਇਹ ਆਪਣੇ ਇੰਡੀਆ ਵਾਲੇ ਬਿਸਕਿਟ, ਜਿਹੋ ਜਿਹੇ ਆਪਾਂ ਬੇਕਰੀ ਵਾਲੇ ਖਾਂਦੇ ਹਾਂ ਆਟੇ ਵਾਲੇ, ਉਹ ਬਿਸਕਿਟ ਵੀ ਪਏ ਨੇ। ਆਹ ਦੇਖੋ ਇਹ ਲੱਗੇ ਹੋਏ ਨੇ ਆਪਣੇ, ਆਲਮੋਸਟ $8 'ਤੇ ਪੈਣੇ ਨੇ ਵਿਦ ਟੈਕਸ। ਉਹ ਅੱਗੇ ਆ ਜੀਰੇ ਵਾਲੇ ਬਿਸਕਿਟ, ਹਰੇਕ ਤਰ੍ਹਾਂ ਦੀ ਮਤਲਬ ਵਰਾਇਟੀ ਹੈਗੀਆਂ ਨੇ, ਕੋਈ ਅੰਤ ਹੀ ਨਹੀਂ। ਲਾਈਕ ਜੋ ਵੀ ਤੁਹਾਨੂੰ ਚਾਹੀਦਾ ਇੰਡੀਆ, ਇੰਡੀਆ ਨੂੰ ਮਿਸ ਕਰ ਰਹੇ ਹੋ, ਆਹ ਬਣੀਆਂ ਬਣੀਆਂ ਰੋਟੀਆਂ ਮਿਲ ਰਹੀਆਂ ਨੇ। ਆਹ ਦੇਖੋ ਸਿਰ ਤਵੇ 'ਤੇ ਗਰਮ ਕਰੋ ਤਾਂ ਖਾਓ, ਬੈਸਟ ਬਿਫੋਰ ਡੇਟ ਲਿਖੀ ਹੋਈ ਹੈ। ਇਹ ਤੁਹਾਨੂੰ ਮਿਲਣਗੀਆਂ ਰੇਟ ਟੈਗ $4 ਦੇ ਵਿੱਚ, ਕਿੰਨੀਆਂ ਨੇ ਇਹ
ਇੱਕ ਪੈਕਟ ਦੇ ਵਿੱਚ 12 ਰੋਟੀਆਂ ਸੋਇਆ ਪ੍ਰੀਟੀ ਗੁੱਡ ਹੈ ਠੀਕ ਹੈ ਹੋਰ ਕੀ ਭਰਦੇ ਹੋ $4 'ਚ $4 ਇੰਡੀਆ ਦੇ ਹਿਸਾਬ ਨਾਲ ਦੇਖੀਏ ਤਾਂ ਪੜਦੇ ਨੇ 120 ਅਤੇ 220 ਰੁਪਏ ਦੇ ਉਸ ਹਿਸਾਬ ਨਾਲ ਮਹਿੰਗੀ ਹੈ ਬਟ ਸਟਿਲ ਜੇ ਕੈਨੇਡਾ 'ਚ ਤੁਹਾਨੂੰ ਬਣੀ ਬਣਾਈ ਰੋਟੀ ਮਿਲ ਰਹੀ ਹੈ ਤਾਂ ਇਟਸ ਅ ਬਿਗ ਥਿੰਗ ਦੋਸਤੋ ਇਹੀ ਨਹੀਂ ਕਿ ਸਿਰਫ ਪੰਜਾਬੀ ਸਮਾਨ ਤੁਹਾਨੂੰ ਮਿਲੂਗਾ ਜਿਹੜੇ ਆ ਬਾਕੀ ਇਰਾਕੀ ਰੋਕੀ ਹੋ ਗਏ ਜਾਂ ਸਾਊਥ ਏਸ਼ੀਅਨ ਇਹਨਾਂ ਦੀ ਵੀ ਕਾਫੀ ਵਰਾਇਟੀ ਹੈਗੀ ਇਹਨਾਂ ਕੋਲ ਪਾਓ ਟਾਈਪ ਦੇਖੋ ਬਣ ਜੇ ਮਤਲਬ ਓਵਰਆਲ ਹਰੇਕ ਚੀਜ਼ ਮਿਲਦੀ ਹੈ ਲੇਕਿਨ ਪੰਜਾਬੀ ਸਮਾਜ 'ਚ ਇਹਨਾਂ ਦੀ ਸਪੈਸ਼ਲਿਟੀ ਹੈ ਇਹ ਆ ਗਈ ਜਿਹਦੀ ਆਹ ਚੀਜ਼ ਦੀ ਬਹੁਤ ਲੋਕਾਂ ਨੂੰ ਲੋੜ ਹੁੰਦੀ ਹੈ ਚਾਹ ਪੱਤੀ ਦੀ ਆਪਣੀ ਇੰਡੀਆ ਵਰਗੀ ਚਾਹ ਨਹੀਂ ਉਰੇ ਕਹਿੰਦੇ ਮਿਲਦੀ ਇਹ ਉਰੇ ਲੱਗੀ ਹੋਈ ਹੈ ਆਪਣੀ $13 ਦੀ ਆਲਮੋਸਟ ਬਟ ਇਹ ਤਾਂ ਰਸਮਲਾਈ ਹੈ ਨੋ 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 ਜਿਹੜੀ ਚਾਹ ਹੈ ਚਾਹ ਲੱਗੀ ਹੋਈ ਹੈ ਆਹ ਦੇਖੋ $16 ਵੱਡਾ ਪੈਕਟ ਹੈ ਦੋਸਤੋ ਕਿਸੇ ਵੀ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਇਹ ਹੈ ਸਭ ਤੋਂ ਮੇਨ ਆਇਲ ਜਿੱਥੇ ਸਾਰੇ ਨੂਡਲਸ ਵਗੈਰਾ ਲੱਗੀਆਂ ਨੇ ਮੈਗੀ ਨਹੀਂ ਇੱਥੇ ਆਪਣੀਆਂ ਚਿੰਗਸ ਵਾਲੀਆਂ ਜਿਹੜੇ ਦੇਸੀ ਨੂਡਲਸ ਹੈ ਨਾ ਚਿਜ਼ਵਾਨ ਵਾਲੀਆਂ ਉਹ ਸਾਰੀਆਂ ਹੀ ਮਿਲਦੀਆਂ ਅਤੇ ਰੇਟ ਤੁਸੀਂ ਦੇਖ ਹੀ ਸਕਦੇ ਹੋ ਮੋਰ ਅਫੋਰਡੇਬਲ ਮੀਲ ਇਹੀ ਹੈ ਕੈਨੇਡਾ ਦੇ ਵਿੱਚ ਹੈ ਨਾ ਨਾਲੇ ਫਟਾਫਟ ਹੈ ਨਾ ਕੰਮ 'ਤੇ ਜਾਣਾ ਹੈ ਫਟਾਫਟ ਉਬਾਲੋ ਖਾਓ ਬਣਾਓ ਅਤੇ ਜਾਓ ਅਤੇ ਆਪਣੇ ਸਟੂਡੈਂਟ ਲਾਈਫ 'ਚ ਤਾਂ ਖਾਸ ਕਰ ਬੜਾ ਕੰਮ ਆਉਂਦਾ ਅਤੇ ਚਲੋ ਆਪਾਂ ਚੱਲਦੇ ਹਾਂ ਨੈਕਸਟ ਆਇਲ 'ਤੇ ਜਿਹੜਾ ਕਿ ਹੈਗਾ ਮਸਾਲਿਆਂ ਦਾ ਅਤੇ ਆਲਮੋਸਟ ਇੰਡੀਆ ਵਾਲੇ ਸਾਰੇ ਹੀ ਮਸਾਲੇ ਤੁਹਾਨੂੰ ਮਿਲ ਜਾਣਗੇ ਫਿਰ ਉਹ ਚਾਹੇ ਕਿਚਨ ਕਿੰਗ ਹੋਵੇ ਚਾਹੇ ਸਾਂਬਰ ਮਸਾਲਾ ਚਨਾ ਮਸਾਲਾ ਵਟਸ ਐਵਰ ਯੂ ਨੇਮ ਇਟ ਦੇ ਹੈਵ ਇਟ ਅਤੇ ਰੇਟ ਵੀ ਮਤਲਬ $2.5 ਦੇ ਆਲਮੋਸਟ ਤੁਹਾਨੂੰ ਹਰ ਸਾਰੇ ਮਸਾਲੇ ਪੈ ਜਾਣਗੇ ਹੈ ਨਾ ਕੋਈ 2-4 ਸੈਂਟ ਉੱਪਰ ਥੱਲੇ ਹੈ ਬਸ ਇੰਨਾ ਕੁ ਫਰਕ ਹੈ ਅਤੇ ਪੈਕਟ ਵੀ ਆਉਂਦੇ ਨੇ ਆਹ ਵੱਡੇ ਵੱਡੇ ਆ ਗਈਆਂ ਆਪਣੀਆਂ ਦਾਲਾਂ ਦੂਲਾਂ ਹੈ ਨਾ ਦਾਲਾਂ ਦੇ ਤੁਸੀਂ ਦੇਖ ਸਕਦੇ ਹੋ ਕੀ ਰੇਟ ਚੱਲ ਰਹੇ ਨੇ ਬਾਕੀ ਬਰੋ ਉਰੇ ਦਾਲਾਂ ਹੀ ਨੇ ਜਿਹੜਾ ਸਭ ਤੋਂ ਬੈਸਟ ਮੀਲ ਹੈ ਨਾ ਜੇ ਸਬਜ਼ੀਆਂ ਦੇਖੋਗੇ ਸਬਜ਼ੀਆਂ ਇਸ ਤੋਂ ਵੀ ਮਹਿੰਗੀਆਂ ਆਉਂਦੀਆਂ ਨੇ ਹੈ ਨਾ ਉਰੇ ਦੀ ਇੱਕ ਖਾਸ ਤੁਹਾਨੂੰ ਦੱਸਦਾ ਆ ਤਾਂ ਚਲੋ ਤੁਸੀਂ ਰੇਟ ਦੇਖੀ ਜਾਂਦੇ ਹੋ ਆ ਕਾਲੇ ਚਨੇ ਦਾ ਰੇਟ ਆ ਬਟ ਇੱਕ ਗੱਲ ਹੋਰ ਹੈ ਵੀ ਉਰੇ ਮੀਟ ਸਸਤਾ ਹੈ ਅਤੇ ਤੁਸੀਂ ਸਬਜ਼ੀਆਂ ਲੈਣੀ ਆਉਣ ਉਹ ਮਹਿੰਗੀਆਂ ਨੇ ਕਿਉਂਕਿ ਮੀਟ ਉਰੇ ਥਾਂ ਥਾਂ ਬਣੀ ਜਾਂਦਾ ਹੈ ਨਾ ਵੱਡੀ ਜਾਂਦੇ ਨੇ ਮੁਰਗਿਆਂ ਨੂੰ ਲੇਕਿਨ ਸਬਜ਼ੀ ਹੈ ਜਿਹੜੀ ਉਹ ਸਾਰੀ USA ਮੈਕਸੀਕੋ ਤੋਂ ਆਉਂਦੀ ਹੈ ਅੱਗੇ ਚੱਲਦੇ ਹਾਂ ਆਪਾਂ ਆ ਗਏ ਆਪਣੇ ਪਿਕਲਸ ਜੇ ਤੁਸੀਂ ਅਚਾਰ ਵਗੈਰਾ ਸ਼ੌਕੀਨ ਹੋ ਤਾਂ ਹਰੇਕ ਤਰ੍ਹਾਂ ਦੇ ਅਚਾਰ ਤੁਹਾਨੂੰ ਆਲਮੋਸਟ $2.5 'ਚ ਮਿਲੀ ਜਾਂਦੇ ਨੇ ਸ਼ਾਨ ਦਾ ਵਧੀਆ ਹੁੰਦਾ ਮੈਂ ਪਰਸਨਲੀ ਇਹ ਯੂਜ਼ ਕੀਤਾ ਇੱਕ ਮਦਰ ਰੈਸਪੀ ਦਾ ਵੀ ਆਉਂਦਾ ਤੁਸੀਂ ਉਹ ਵੀ ਚੈੱਕਆਊਟ ਕਰ ਸਕਦੇ ਹੋ ਆਹ ਆਪਣਾ ਆ ਗਿਆ ਬੀਕਾ ਜੀ ਦਾ ਬੋਂਬੇ ਮਿਕਸ ਇਹ ਯਾਰ ਬੜਾ ਵਧੀਆ ਲੱਗਦਾ ਮੈਨੂੰ ਇਹ ਮੈਂ ਹਮੇਸ਼ਾ ਲੈ ਕੇ ਜਾਂਦਾ ਹੁੰਦਾ ਚੁਲਬੁਲੇ ਵਗੈਰਾ ਸਭ ਕੁਛ ਹੈਗਾ ਲੇਕਿਨ ਮੈਂ ਆਪਣੇ ਉਰੇ ਕੁਰਕਰੇ ਜੇ ਕੁਰਕਰੇ ਮਿਲਦੇ ਤਾਂ ਆਪਾਂ ਅੱਗੇ ਉਹ ਲੈਂਦੇ ਹਾਂ ਦੋਸਤੋ ਟਕ ਟਕ ਤੱਕ ਮਿਲ ਰਹੇ ਨੇ ਇੱਥੇ ਟਕ ਟਕ ਦੇ ਸ਼ੌਕੀਨ ਹੋ ਇੰਡੀਆ 'ਚ ਖਾਂਦੇ ਸੀ ਅਤੇ ਆਪਣੀ ਸੋਨ ਪਾਪੜੀ ਜਿਹੜੀ ਆਪਾਂ ਕਦੇ ਦਿਵਾਲੀ ਤੋਂ ਤਾਂ ਖਾਧੀ ਨਹੀਂ ਜੇ ਉਰੇ ਸਪੈਸ਼ਲ ਖਰੀਦ ਕੇ ਖਾਣੀ ਆ ਤਾਂ $3.5 ਦੀ ਤਿੰਨ ਮਿਲ ਸਕਦੀ ਆ ਅਤੇ ਅੱਗੇ ਚੱਲਦੇ ਹਾਂ ਕੁਰਕਰੇ ਲੱਭਦੇ ਹਾਂ ਮੈਂ ਤਾਂ ਕੁਰਕਰੇ ਲੈਣ ਹੀ ਸਪੈਸ਼ਲ ਆਇਆ ਸੀਗਾ ਇੰਨੀ ਦੂਰ ਕੁਰਕਰੇ ਦਾ ਕੁਛ ਹੈ ਜਾਂ ਛੋਟਾ ਮੋਟਾ ਸਮਾਨ ਜਿਵੇਂ ਭੁੰਨੀ ਹੋਈ ਚਨਾ ਦਾਲ ਇਹ ਤੁਹਾਨੂੰ ਮਿਲ ਰਹੀ ਹੈ ਕਿੰਨੇ ਦੀ $2.5 ਦੇ ਆਸ ਪਾਸ ਬਾਕੀ ਦੋਸਤੋ ਆ ਗਿਆ ਆਪਣਾ ਭਾਂਡੇ ਟਿੰਡੇ ਵਾਲਾ ਸੈਕਸ਼ਨ ਅਤੇ ਜਿਵੇਂ ਛੋਟੇ ਮੋਟੇ ਭਾਂਡੇ ਹੋ ਗਏ ਹੈ ਨਾ ਭਾਂਡੇ ਦਾ ਸੈਂਸ ਵੀ ਆ ਜਿਵੇਂ ਫਰਿਸਕ ਵਗੈਰਾ ਹੋ ਗਏ ਹੈ ਕਿਚਨ ਦੀਆਂ ਅਸੈਸਰੀਜ਼ ਹੋ ਗਈਆਂ ਇਹ ਤੁਸੀਂ ਇੱਥੋਂ ਆ ਕੇ ਵੀ ਲੈ ਸਕਦੇ ਹੋ ਕੋਈ ਬਾਹਲਾ ਫਰਕ ਨਹੀਂ ਹੈਗਾ ਹੈ ਨਾ $2 $2-3 ਦੀਆਂ ਮਿਲੀ ਜਾਂਦੀਆਂ ਨੇ ਬਟ ਜਿਹੜਾ ਮੇਨ ਚੀਜ਼ ਆ ਉਹ ਹੈਗੀ ਹੈ ਆਹਲੇ ਭਾਂਡੇ ਜਿਵੇਂ ਤਵਾ ਹੋ ਗਿਆ ਹੈ ਨਾ ਆਪਣੇ ਕੁੱਕਰ ਹੋ ਗਏ ਫਿਊਚਰ ਆਦੇ ਵੈਸੇ ਮਿਲ ਉਰੇ ਵੀ ਜਾਂਦੇ ਨੇ ਲੇਕਿਨ ਤੁਸੀਂ ਰੇਟ ਦੇਖ ਰਹੇ ਹੋ ਹੈ ਨਾ $72 $55 ਮਤਲਬ ਆਹ ਰੇਟ 'ਤੇ ਤੁਹਾਨੂੰ ਇੱਥੇ ਮਿਲਣਗੇ ਵਿਚ ਇਜ਼ ਇਕੁਅਲਨ ਟੂ ਇੰਡੀਅਨ ਕਰੰਸੀ ਜੇ ਆਪਾਂ ਲਾਈਏ ਤਾਂ ਮਤਲਬ 3-4 ਹਜ਼ਾਰ ਇੰਨਾ ਪੈ ਜਾਂਦਾ ਬਟ ਜੇ ਆਪਾਂ ਕੋਈ ਤਵਾ ਇੰਡੀਆ 'ਚੋਂ ਲਈਏ ਤਾਂ $500 ਮੈਕਸ ਹੈ ਨਾ ਇੰਨੇ ਕੁ ਦਾ ਹੀ ਆ ਜਾਂਦਾ ਹੁਣ ਆਹ ਦੇਖੋ $55 ਇਹ $55 ਬਣ ਗਏ ਆਲਮੋਸਟ ਆਲਮੋਸਟ ਨਹੀਂ ਤਾਂ 3500 ਰੁਪਇਆ 3500-4000 ਸੋ ਬੈਟਰ ਹੈ ਜੇ ਤੁਸੀਂ ਹੈ ਨਾ ਉੱਧਰੋਂ ਲੈ ਕੇ ਆਓ ਇੰਡੀਆ ਤੋਂ ਆਪਣੇ ਨਾਲ ਹੀ
ਤੇ ਉਰੇ ਜਿਹੜਾ ਘਿਓ ਵੇਰਕਾ ਦਾ ਜੇ ਤੁਸੀਂ ਲੈਣਾ ਵਧੀਆ ਪਿਓਰ ਤਾਂ ਵੇਰਕਾ ਦਾ ਉਰੇ ਮਿਲ ਰਿਹਾ $25 'ਚ। ਮੈਂ $26 ਦਾ ਲੈ ਕੇ ਗਿਆ ਕਿਉਂਕਿ ਉਸ ਵੇਲੇ ਡੀਲ ਨਹੀਂ ਸੀਗੀ ਉਰੇ, ਲੇਕਿਨ ਮੈਂ ਲਿਆ ਵੀ ਵਾਲਮਾਰਟ ਤੋਂ ਸੀਗਾ, ਸੋ ਵਾਲਮਾਰਟ 'ਤੇ ਇਹਦਾ ਇੰਨਾ ਕੁ ਫਰਕ ਹੈਗਾ। ਉੱਥੋਂ ਮੈਂ $26 ਦਾ ਇਹ ਲਾਸਟ 2 ਵੀਕ ਪਹਿਲਾਂ ਹੀ ਲੈ ਕੇ ਗਿਆ, ਹਾਂ 2-3 ਵੀਕ ਪਹਿਲਾਂ ਹੀ। ਅਤੇ ਆਹ ਆਪਣਾ ਰੂਫਜ਼ ਆ ਗਿਆ ਆਲਮੋਸਟ $5 ਦਾ। ਬਾਕੀ ਆਪਣੀਆਂ ਇੰਡੀਅਨ ਡਰਿੰਕਸ ਜਿਸ ਤੁਸੀਂ ਆ ਬੋਟਲ ਵੀ ਮਿਸ ਕਰਦੇ ਹੋ, ਜਿਵੇਂ ਆਪਣੇ ਪਹਿਲਾਂ ਮਿਲਦੀ ਹੁੰਦੀ ਸੀਗੀ, ਤਾਂ ਉਹ ਚੀਜ਼ ਵੀ ਇਹਨਾਂ ਕੋਲ ਹੈਗੀ ਆ। ਹੈਪੀ ਫੇਸ ਫਰੂਟੀ, ਆਪਣੇ ਸਾਰੇ ਤਰ੍ਹਾਂ ਦੇ ਰੀਅਲ ਜੂਸ, ਰਸ ਰੁਸ ਜੇ ਤੁਸੀਂ ਚਾਹ ਨਾਲ ਪਸੰਦ ਕਰਦੇ ਹੋ ਤਾਂ ਰਸ ਵੀ ਇਹਨਾਂ ਕੋਲ ਹੈਗੇ ਨੇ, ਐੱਗ ਵਾਲੇ ਵੀ ਅਤੇ ਐੱਗਲੈਸ ਵੀ। ਇਹ ਹੈ ਕਿੰਨੇ ਦੇ ਨੇ? $7 ਦੇ। ਦੋਸਤੋ ਜਿਹੜੀ ਜਿਹੜੀ ਆਈਟਮਾਂ ਮੈਨੂੰ ਯੂਨੀਕ ਲੱਗਣਗੀਆਂ ਮੈਂ ਉਹਦੇ ਪ੍ਰਾਈਜ਼ ਦੱਸ ਜਾਊਂਗਾ, ਹਰੇਕ ਦੇ ਮੈਂ ਦੱਸ ਨਹੀਂ ਸਕਦਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ, ਫਿਰ ਉਸ ਹਿਸਾਬ ਨਾਲ ਮੈਂ ਹਰੇਕ ਦਾ ਪ੍ਰਾਈਜ਼ ਦੱਸਣ ਲੱਗ ਗਿਆ। ਸੋ ਹੋ ਗਿਆ ਦੋਸਤੋ, ਕੁਕਿੰਗ ਆਇਲ ਵਨ ਆਫ ਦਾ ਮੋਸਟ ਇੰਪੋਰਟੈਂਟ ਇੰਗਰੀਡੀਅੰਟ ਹੁੰਦਾ ਆਪਣੀ ਇੰਡੀਅਨ ਕੁਕਿੰਗ ਵਾਸਤੇ। ਅਤੇ ਆਹ ਦੇਖੋ, ਆਹ ਸਾਰੇ ਤਰ੍ਹਾਂ ਦੇ ਆਪਣੇ ਕੋਲ ਆਇਲਸ ਨੇ ਅਤੇ ਇਹਨਾਂ ਦੇ ਪ੍ਰਾਈਜ਼ ਵੀ ਤੁਸੀਂ ਦੇਖ ਸਕਦੇ ਹੋ ਆਲਮੋਸਟ ਤੁਹਾਨੂੰ $6 ਜੇ ਤੁਸੀਂ ਕੈਨਲ ਆਇਲ ਲੈਣਾ ਰਿਫਾਇੰਡ ਵਗੈਰਾ ਵਰਤਦੇ ਹੋ। ਅਤੇ ਆਹ ਸਨਫਲਾਵਰ ਆਇਲ, ਇੱਥੇ ਓਲੀਵ ਆਇਲ ਵੀ ਆ ਗਿਆ, ਓਲੀਵ ਆਇਲ ਦਾ ਵੀ ਪ੍ਰਾਈਜ਼ ਦੇਖ ਸਕਦੇ ਹੋ। ਸੋ ਯਾ, ਇਹ ਹਿਸਾਬ ਕਿਤਾਬ ਇਹਨਾਂ ਦਾ। ਅੱਗੇ ਇਹਨਾਂ ਕੋਲ ਇੱਕ ਗੱਲ ਜ਼ਰੂਰ ਹੈ ਵੀ ਇਹਨਾਂ ਕੋਲ ਨਾ ਪੂਰੇ ਹਰੇਕ ਕੈਨੇਡਾ 'ਚ, ਹੋਲ ਕੈਨੇਡਾ 'ਚ ਹੀ ਹਰੇਕ ਚੀਜ਼ ਦੀ ਵਰਾਇਟੀ ਬਹੁਤ ਜ਼ਿਆਦਾ। ਲਾਈਕ ਜੇ ਤੁਸੀਂ ਮੀਨੂਜ਼ ਵੀ ਲੈਣੇ, ਮੀਨੂਜ਼ ਦੇ ਵਿੱਚ ਵੀ ਕਿੰਨੀਆਂ ਸਾਰੀਆਂ ਤੁਹਾਨੂੰ ਵਰਾਇਟੀਜ਼ ਮਿਲ ਜਾਣਗੀਆਂ। ਲਾਈਕ ਓਇਲ ਦੇ ਵਿੱਚ ਜੇ ਤੁਸੀਂ ਇਕੱਲੇ ਕੈਨੋਲਾ ਓਇਲ ਦੀ ਗੱਲ ਕਰੋ ਤਾਂ ਕੈਨੋਲਾ ਓਇਲ ਦੇ ਵਿੱਚ ਵੀ ਇਹਨਾਂ ਕੋਲ ਹਾਲੇ ਘੱਟ ਨੇ, ਲਾਈਕ ਲਿਮਿਟਡ ਬ੍ਰਾਂਡਸ ਨੇ, ਲੇਕਿਨ ਵਾਲਮਾਰਟ 'ਤੇ ਤਾਂ ਪੂਰੀ ਦੀ ਪੂਰੀ ਆਹ ਸ਼ੈਲਫ ਭਰੀ ਰਹਿੰਦੀ ਆ, ਇੱਕ ਆਹ ਦੋ ਇੱਥੋਂ ਹੀ ਲੈ ਕੇ ਇੱਥੇ ਤੱਕ ਦਾ ਘੱਟੋ ਘੱਟ ਭਰਿਆ ਰਹਿੰਦਾ, ਇੰਨਾ ਕੁ ਜ਼ਿਆਦਾ ਇਹਨਾਂ ਕੋਲ ਯਾਨੀ ਕਿ ਵਰਾਇਟੀ ਹੈ। ਅਤੇ ਆਹ ਹਰੇਕ ਤਰ੍ਹਾਂ ਦੀ ਸੌਸ ਜੇ ਤੁਸੀਂ ਸੈਂਡਵਿਚਸ ਵਗੈਰਾ 'ਤੇ ਲਾ ਕੇ ਖਾਣੀ ਹੈ, ਵੈੱਜ ਨੋਨ ਵੈੱਜ। ਦੋਸਤੋ ਜਦੋਂ ਵੀ ਉਰੇ ਤੁਸੀਂ ਸੌਸ ਲੈਂਦੇ ਹੋ ਤਾਂ ਪਲੀਜ਼ ਦੇਖ ਲਿਆ ਕਰੋ ਵੀ ਉਰੇ ਨਾ ਹਰੇਕ ਆਲਮੋਸਟ ਸੌਸ ਦੇ ਵਿੱਚ ਐੱਗ ਜ਼ਰੂਰ ਪੈਂਦਾ, ਇੱਥੇ ਤਾਂ ਚੱਲ ਲਿਖੀ ਆਪਣੇ ਹੀ ਹੋਇਆ। ਲੇਕਿਨ ਅਪਾਰਟ ਫਰੋਮ ਦੈਟ, ਜੇ ਮੈਂ ਤੁਹਾਨੂੰ ਕੋਈ ਹੋਰ ਰੈਂਡਮ ਸੌਸ ਵੀ ਚੱਕ ਕੇ ਦਿਖਾਵਾਂ, ਲਾਈਕ ਫੋਰ ਐਗਜ਼ਾਮਪਲ ਇਹ ਹੋਊਗੀ, ਹੈ ਨਾ, ਇਹਦੇ 'ਤੇ ਮੈਂ ਇੰਗਰੀਡੀਅੰਟਸ ਦੀ ਗੱਲ ਕਰਾਂ ਤਾਂ ਵਾਓ, ਇਹਦੇ 'ਚ ਐੱਗ ਹੈ ਨਹੀਂ, ਸਟ੍ਰੇਂਜ, ਇਹ ਕਿਵੇਂ ਹੋ ਗਿਆ? ਮੇ ਬੀ ਕਿਉਂਕਿ ਇਹ ਫਰੈਸ਼ ਕੋ ਹੈ ਤਾਂ ਕਰਕੇ ਵੀ ਲੋਕ ਜ਼ਿਆਦਾਤਰ ਖਾਂਦੇ ਨਹੀਂ। ਹੁਣ ਜਿਵੇਂ ਆਹ ਹੈ, ਇਹਦੇ 'ਚ ਆਹ ਦੇਖੋ, ਆਹ ਇੱਕ ਪਿਆ ਹੋਇਆ, ਕਿਆ ਮੋਸਟ ਆਫ ਦ ਚੀਜ਼ਾਂ 'ਚ ਹੁੰਦਾ, ਲਾਈਕ ਸੀਜ਼ਰ ਜੇ ਆਪਾਂ ਦੇਖੀਏ ਤਾਂ ਸੀਜ਼ਰ ਦੇ ਵਿੱਚ ਹੈ ਜਾਂ ਨਹੀਂ। ਆਹ ਫਰੋਜ਼ਨ ਐੱਗ, ਆਹ ਦੇਖੋ ਫਰੋਜ਼ਨ ਐੱਗ। ਸੋ ਯਾ, ਇਹ ਦੇਖ ਕੇ ਲੈਣੀ ਪੈਂਦੀ ਆਪਾਂ ਇੰਡੀਅਨਸ ਨੂੰ ਤਾਂ, ਜੇ ਤੁਸੀਂ ਨਹੀਂ ਖਾਂਦੇ, ਜੇ ਖਾਂਦੇ ਹੋ ਤਾਂ ਵੈਲ ਐਂਡ ਗੁੱਡ ਹੈ। ਦੋਸਤੋ ਇੱਕ ਪਾਸਤਾ ਲੱਗਿਆ ਹੋਇਆ ਡੀਲ 'ਤੇ, ਬਹੁਤ ਵਧੀਆ ਹੁੰਦਾ, ਜੇ ਤੁਸੀਂ ਟਰਾਈ ਕਰਨਾ ਤਾਂ ਕਰ ਸਕਦੇ ਹੋ, ਅੱਧੀ ਰਾਤ ਨੂੰ ਜਿਵੇਂ ਭੁੱਖ ਲੱਗਦੀ ਹੈ ਤਾਂ ਇਹ ਵਧੀਆ ਚੀਜ਼ ਹੈ, ਮੈਂ ਲਊਂਗਾ। ਓਹੋ, ਜਿਹਦੇ ਵਾਸਤੇ ਮੈਂ ਉਰੇ ਆਇਆ ਸੀਗਾ ਕੁਰਕਰੇ, ਇਹ ਮੈਂ ਕੱਲ੍ਹ ਹੀ ਪਰ ਕੱਲ੍ਹ ਪਰਸੋਂ ਹੀ ਲੈ ਕੇ ਗਿਆ, $2.5 ਦੇ ਉੱਥੋਂ ਦੀ ਵਾਲਮਾਰਟ ਤੋਂ। ਤਾਂ ਜੇ ਤੁਸੀਂ ਆਪੇ ਫਰਕ ਸਮਝ ਸਕਦੇ ਹੋ, ਜੇ ਕੁਰਕਰੇ ਇੱਥੋਂ ਲੈਂਦੇ ਹੋ ਅਤੇ ਵਾਲਮਾਰਟ ਤੋਂ ਲੈਂਦੇ ਹੋ ਤਾਂ ਕਿੰਨਾ ਫਰਕ ਹੈ। ਮੈਂ ਤਾਂ ਇੱਥੋਂ ਹੀ ਚੱਕਦਾ, ਲਿਆਓ ਜੀ, ਅੱਗੇ ਤੋਂ ਨਹੀਂ ਵਾਲਮਾਰਟ ਤੋਂ ਲੈਣੇ। ਇੱਕ ਆਹ ਆ ਗਏ ਆਪਣੇ ਵਾਲੇ ਲੇਜ਼ ਜਿਹੜੇ ਇੰਡੀਆ 'ਚ ਮਿਲਦੇ ਨੇ। ਹੁਣ ਆਹ ਦੇਖੋ, ਜੇ ਆਪਾਂ ਲੈਂਦੇ ਹਾਂ ਇਹ ਇੱਕ ਪੈਣਾ 2.75 ਦਾ, ਲੇਕਿਨ ਜੇ ਆਪਾਂ ਦੋ ਲੈਂਦੇ ਹਾਂ ਤਾਂ $5.5 'ਚ ਦੋ ਮਿਲ ਜਾਣਾ, ਦੈਟਸ ਵੈਰੀ ਗੁੱਡ ਡੀਲ। ਆਈ ਥਿੰਕ ਮੈਨੂੰ ਲੈ ਲੈਣੇ ਚਾਹੀਦੇ ਨੇ, ਕਿਉਂਕਿ ਇਹੀ ਲੇਜ਼ ਮੈਂ ਬਾਹਰ $4-4 ਦੇ ਵਾਲਮਾਰਟ 'ਤੇ ਪਏ ਦੇਖੇ ਨੇ, ਮੈਨੂੰ ਤਾਂ ਇਹ ਡੀਲ ਵਧੀਆ ਲੱਗ ਰਹੀ ਹੈ। ਦੋਸਤੋ ਆਹ ਦੇਖੋ ਕਿੰਨੀ ਸੋਹਣੀ ਡੀਲ ਲੱਗੀ ਹੋਈ, ਮੈਂ ਲੈਣ ਲੱਗਿਆ ਗਾਰਲਿਕ ਨਾਨ ਸਿਰਫ $3 ਦੇ ਵਿੱਚ। ਲਾਈਕ ਇਹਦੇ 'ਚ ਕਿੰਨੇ ਨੇ, 4 ਪੀਸਿਸ ਨੇ, 4 ਨਾਨ, ਠੀਕ ਹੈ ਯਾਰ, ਢਿੱਡ ਭਰ ਜਾਣਾ, ਦੋ ਵਕਤ ਦਾ ਖਾਣਾ ਹੋ ਗਿਆ, ਹੈ ਨਾ, ਸਬਜ਼ੀ ਦੇ ਨਾਲ। ਲਓ ਜੀ,
ਜੇ ਸਿੰਪਲ ਤੰਦੂਰੀ ਨਾਨ ਲੈ ਲੈਣਾ ਤਾਂ ਵੀ ਸੇਮ ਪ੍ਰਾਈਜ਼ ਹੀ ਹੈ, ਅਤੇ ਮੈਂ ਗਾਰਲਿਕ ਵਾਲੇ ਚੱਕਿਆ, ਚੱਲ ਫਲੇਵਰ ਤਾਂ ਆਊਗਾ। ਜੇ ਤੁਸੀਂ ਵੱਡੇ ਪਰੌਂਠੇ ਲੈਣੇ ਨੇ ਲਾਈਕ 15 ਪੀਸਿਸ ਵਾਲੇ ਤਾਂ ਉਹ ਤੁਹਾਨੂੰ ਵਧੀਆ ਡੀਲ ਮਿਲ ਜੂਗੀ $10 ਦੇ ਵਿੱਚ, ਹੋਰ ਸਸਤਾ ਪੈ ਜੂਗਾ। ਪਲੱਸ ਇਹਨਾਂ ਕੋਲ ਗੋਭੀ ਪਰੌਂਠਾ, ਆਲੂ ਪਰੌਂਠਾ, ਲੱਛਾ ਪਰੌਂਠਾ, ਆਹ ਦੇਖੋ ਹਰੇਕ ਤਰ੍ਹਾਂ ਦੀ ਚੀਜ਼ ਪਈ ਹੈ। ਲੱਛਾ ਪਰੌਂਠਾ ਤੁਹਾਨੂੰ ਮਿਲ ਜੂਗਾ NH, ਅਤੇ ਗੋਭੀ ਪਰੌਂਠੇ ਦਾ ਰੇਟ ਲੱਗਿਆ ਹੋਇਆ ਆਹ, ਇਹ ਪਲੇਨ ਦਾ, ਗੋਭੀ ਵਾਲਾ ਤਾਂ ਲੱਗਿਆ ਨਹੀਂ ਹੋਇਆ। ਚਲੋ ਹੈ ਨਹੀਂ ਹੋ, ਅੱਜ ਪਨੀਰ ਵਾਲਾ ਪਰੌਂਠਾ ਲੈਣਾ, ਆਹ ਪਨੀਰ ਵਾਲਾ ਪਰੌਂਠਾ ਆ ਪਿਆ $3.5 ਦੇ ਵਿੱਚ 3 ਪੀਸ, ਠੀਕ ਹੈ, ਵੈਰੀ ਗੁੱਡ। ਇੱਕ ਮੈਂ ਲੱਭ ਰਿਹਾ ਨਾ ਸ਼ਾਨ ਦਾ ਪਰੌਂਠਾ, ਸ਼ਾਨ ਦੇ ਆਉਂਦੇ ਨੇ, ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਉਹ ਵਧੀਆ ਹੁੰਦੇ ਨੇ, ਲਾਈਕ ਮੈਂ ਉਹ ਦੇਖਦਾ ਜੇ ਮਿਲਦਾ, ਉਹ ਆਈ ਥਿੰਕ ਵਾਲਮਾਰਟ ਤੋਂ ਜ਼ਿਆਦਾ ਮਿਲਦਾ। ਅਤੇ ਜੇ ਤੁਸੀਂ ਮੋਮੋਜ਼ ਨੂੰ ਮਿਸ ਕਰ ਰਹੇ ਹੋ ਇੰਡੀਆ ਦੇ ਤਾਂ ਆਹ ਲਓ ਜੀ, ਆਹ ਤੁਹਾਡੇ ਕੋਲ ਮੋਮੋਜ਼ ਆ ਗਏ, ਪ੍ਰਾਈਸ ਤੁਸੀਂ ਦੇਖ ਸਕਦੇ ਹੋ, ਵੱਡੇ ਛੋਟੇ ਹਰੇਕ ਤਰ੍ਹਾਂ ਦੇ ਸਾਈਜ਼ ਇਹਨਾਂ ਕੋਲ ਹੈਗੇ ਨੇ। ਵੱਡੇ ਲਉਂਗੇ ਤਾਂ ਓਬਵੀਅਸਲੀ ਸਸਤਾ ਪੈਂਦਾ। ਇਹ ਆਪਣੇ ਕਾਠੀ ਰੋਲ, ਤਵਾ ਪਨੀਰ, $3.5 ਦਾ ਇੱਕ, ਅਤੇ ਆਈ ਡੂ ਫੀਲ ਕਿ ਇਹ ਠੀਕ ਹੈ, ਕਿਉਂਕਿ ਹੁਣ ਪਤਾ ਕਿ ਕੈਨੇਡਾ 'ਚ ਰਹਿ ਕੇ ਜਦੋਂ ਤੁਸੀਂ ਮੈਨੀ ਅਰਨ ਇਨ ਡੋਲਰਸ, ਫਿਰ ਤੁਹਾਨੂੰ ਆਹ ਚੀਜ਼ਾਂ ਮਤਲਬ ਰੀਜ਼ਨੇਬਲ ਲੱਗਦੀਆਂ ਨੇ, ਕਿਉਂਕਿ ਇੱਥੇ ਟਿਮੋਟਨ ਦੇ ਵਿੱਚ ਲਾਈਕ $6 ਦਾ ਤੁਹਾਨੂੰ ਇੱਕ ਵੈਜ ਸੈਂਡਵਿਚ ਮਿਲਦਾ, ਐਂਡ ਦਿਸ ਇਜ਼ ਦੈਟ ਇਜ਼ ਸੋ ਮੱਚ ਬੇਕਾਰ, ਉਹਦੇ 'ਚ ਕੁਛ ਵੀ ਨਹੀਂ ਹੁੰਦਾ, ਲਾਈਕ ਸੈਂਡਵਿਚ ਵਿੱਚ ਬਸ ਥੋੜ੍ਹੀਆਂ ਸਬਜ਼ੀਆਂ, ਦੈਟ ਸੈਟ, ਇੱਕ ਸੌਸ ਪਾਈ ਹੁੰਦੀ ਹੈ, ਤਾਂ ਕਰਕੇ ਆਹ $3.5 ਵਾਲੇ ਸ਼ੁਭ ਨਹੀਂ ਰਹੇ, ਠੀਕ ਲੱਗ ਰਿਹਾ। ਲਓ ਜੀ ਆਪਾਂ ਕਾਠੀ ਰੋਲ ਲੈ ਲਿਆ, ਅਤੇ ਹੁਣ ਚੱਲਦੇ ਹਾਂ ਅੱਗੇ, ਅੱਗੇ ਨਾ ਕੋਈ ਸਵੀਟ ਸੈਕਸ਼ਨ ਵਗੈਰਾ ਇਹ ਸਭ ਵੀ ਹੈਗਾ। ਆਹ ਦੇਖੋ ਰੰਗੋਲੀ, ਹੁਣ ਜਿਵੇਂ ਦੀਵਾਲੀ ਆ ਰਹੀ ਹੈ ਤਾਂ ਇਹਨਾਂ ਰੰਗੋਲੀ ਹੋ ਗਏ, ਦੀਵੇ ਹੋ ਗਏ, ਆਹ ਦੇਖੋ ਨਾਲ ਤੁਸੀਂ ਰੇਟ ਆਪਣੇ ਆਪ ਦੇਖੀ। ਚਲੋ ਮੈਂ ਵਾਰ ਵਾਰ ਬੋਲਦਾ ਨਹੀਂ, ਆਹ ਦੇਖੋ ਜੇ 4 ਦੀਆਂ ਦਾ ਪੈਕਟ ਲੈਣਾ ਸੱਚੇ ਹੋਏ ਤਾਂ ਆਹ ਹੈ, ਅਤੇ ਨਾਲ ਆਹ ਜਿਹੜੀ ਆਪਾਂ ਉਰੇ ਟਰੇਜ਼ ਵਗੈਰਾ ਦਿੰਦੇ ਹਾਂ ਆਹ ਨਟਸ ਵਗੈਰਾ ਦੀਆਂ, ਇਹ ਤੁਹਾਨੂੰ ਇੰਨੇ 'ਚ ਮਿਲ ਜਾਣਗੀਆਂ। ਆਹ ਦੋਸਤੋ ਆਪਾਂ ਆ ਚੁੱਕੇ ਹਾਂ ਪਨੀਰ ਵਾਲੇ ਡੇਅਰੀ ਸੈਕਸ਼ਨ 'ਤੇ, ਲਾਈਕ ਜੇ ਤੁਸੀਂ ਪਨੀਰ ਲੈਣਾ ਤਾਂ ਦੇਖੋ $5 ਦਾ ਲੱਗਿਆ ਹੋਇਆ ਆਹਲਾ ਪਨੀਰ, ਅਤੇ ਵਧੀਆ ਜਿਹੜਾ ਉਰੇ ਜ਼ਿਆਦਾ ਚੱਲਦਾ ਉਹ ਹੈ ਨਾਨਕ ਦਾ ਮਲਾਈ ਪਨੀਰ। ਇਹ ਥੋੜ੍ਹਾ ਜਿਹਾ ਮਹਿੰਗਾ ਜ਼ਰੂਰ ਹੁੰਦਾ ਲੇਕਿਨ ਵਧੀਆ ਬਣਦਾ, ਜਾਣ ਕੇ $6 ਦਾ ਇਹ ਲੱਗਿਆ ਹੋਇਆ। ਅਤੇ ਆਹ ਹੈਗੀ ਆ ਮੱਖਣੀ, ਜਿਹੜਾ ਵਾਈਟ ਬਟਰ ਆਪਾਂ ਘਰੇ ਕੱਢਦੇ ਹਾਂ ਹੈ ਨਾ, ਮੱਖਣ ਇਹ ਉਹ ਆ, ਅਤੇ ਇਹ ਵੀ ਬੰਦਾ ਵਧੀਆ ਹੁੰਦੀ ਹੈ। ਅੱਗੇ ਆ ਗਈ ਆਪਣੀ ਦਹੀਂ, ਦਹੀਂ ਜੇ ਤੁਸੀਂ ਲੈਣੀ ਹੈ ਲਾਈਕ ਜਿਹੜਾ ਆਹਲਾ ਕਾਰਟੂਨ ਆ ਦੇਖੋ, ਇਹ ਹੈਗਾ ਆਪਣਾ $5 ਦਾ, ਇਹ ਮੈਂ ਹਾਲੇ ਟਰਾਈ ਨਹੀਂ ਕੀਤੀ ਕਦੇ, ਮੈਂ ਲੈਂਦਾ ਹੁੰਦਾ ਆਹ ਵਾਲੀ ਜਿਹੜੀ ਆ ਐਸਟਰੋ ਦੀ ਹੈ, ਇਹ ਵਧੀਆ ਹੁੰਦੀ ਹੈ, ਅਤੇ ਇਹ ਲੱਗੀ ਹੋਈ ਹੈ ਕਿੰਨੇ ਦੀ, $2.5 ਦੀ, ਵਾਓ ਵਧੀਆ ਡੀਲ ਹੈ, ਆਈ ਥਿੰਕ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ। ਚਲੋ ਅੱਗੇ ਆ ਜਾਂਦੇ ਹਾਂ ਦੋਸਤੋ ਆਪਣੇ ਆਲੇ ਸ਼ੈਂਪੂ ਸ਼ੂਪੂ ਵਾਲੇ ਸੈਕਸ਼ਨ 'ਤੇ, ਆਪਣੇ ਬੰਦੇ ਬਹੁਤ ਮਿਸ ਕਰਦੇ ਨੇ ਲਾਈਕ ਇੰਡੀਅਨ ਬ੍ਰਾਂਡ ਜਿਹੜੇ ਕਾਰਨੀਅਰ ਗੁਰਨੀਅਰ ਆ ਹੋ ਗਏ, ਲੋਰੀਅਲ ਹੈ ਨਾ, ਪੈਂਟੀਨ, ਡਵ, ਹੈਡ ਐਂਡ ਸ਼ੋਲਡਰ ਜਿਹੜੇ ਆਪਣੇ ਇੰਡੀਆ 'ਚ ਮਿਲਦੇ ਨੇ, ਉਹ ਆਪਣੇ ਕੋਲ ਉਰੇ ਵੀ ਆਪਸ਼ਨਸ ਹੈਗੇ ਨੇ। ਦੇਖੋ ਗਾਰਨੀਅਰ ਦੇ ਪ੍ਰੋਡਕਟਸ, ਪ੍ਰੋਟੀਨ, ਮੈਂ ਹਰੇਕ ਦੇ ਪ੍ਰਾਈਜ਼ ਨਹੀਂ ਦੱਸ ਰਿਹਾ, ਤੁਸੀਂ ਪੌਜ਼ ਕਰਕੇ ਆਪਣੇ ਸਕਰੀਨ 'ਤੇ ਹੈ ਨਾ ਆਪੇ ਦੇਖ ਸਕਦੇ ਹੋ, ਮੈਂ ਵਾਰ ਵਾਰ ਉਹੀ ਚੀਜ਼ਾਂ ਰਿਪੀਟ ਨਹੀਂ ਕਰਨਾ ਚਾਹੁੰਦਾ। ਸੋ ਆ ਜੇ ਆਪਣੀ ਮੈਂ ਆਹ ਯੂਜ਼ ਕਰਦਾ ਸ਼ੈਂਪੂ ਪਲੱਸ ਕੰਡੀਸ਼ਨਰ ਡਵ ਦਾ, ਅਤੇ ਇਹ ਲੱਗਿਆ ਹੋਇਆ ਉਰੇ $5.5 ਦਾ, ਬਰਾਬਰ ਹੀ ਹੈ, ਮੈਂ ਵੀ ਇੰਨੇ 'ਤੇ ਲੈ ਕੇ ਗਿਆ ਸੀ। ਅਤੇ ਆਹ ਆਪਣੇ ਟੂਥਬਰੱਸ਼ ਵਗੈਰਾ, ਆਹ ਦੇਖੋ ਸਸਤੇ ਵਾਲੇ ਵੀ ਹੈਗੇ ਨੇ ਅਤੇ ਮਹਿੰਗੇ ਵਾਲੇ ਵੀ ਹੈਗੇ ਨੇ, ਆਹ ਦੇਖੋ, ਬਟ ਜੇ ਤੁਸੀਂ ਇੰਡੀਆ ਤੋਂ ਲੈ ਕੇ ਆਓ ਤਾਂ ਜ਼ਿਆਦਾ ਵਧੀਆ, ਜ਼ਿਆਦਾ ਸਾਰੇ, ਕਿਉਂਕਿ ਉੱਥੇ ਆਪਣੇ ₹50,000 ਦੇ ਮਿਲ ਜਾਂਦੇ ਨੇ, ਅਤੇ ਉਰੇ ਉਹੀ ਟੂਥਬਰੱਸ਼ ਤੁਹਾਨੂੰ ਮਿਲਣਾ $6 ਦਾ। ਸੋ ਜੇ ਇੰਡੀਆ ਤੋਂ ਲਿਆ ਸਕਦੇ ਹੋ ਤਾਂ ਵਧੀਆ ਚੀਜ਼ ਹੈ। ਬਾਕੀ ਆਪਣੇ ਆਹ ਪਰਫਿਊਮਸ ਵਗੈਰਾ ਆ ਗਏ, ਇਹਨਾਂ ਦੇ ਪ੍ਰਾਈਜ਼ ਦੇਖ ਲਓ ਸਾਰਿਆਂ ਦੇ, ਠੀਕ ਹੈ ਦੋਸਤੋ। ਆਹ ਦੇਖੋ ਡਰਿੰਕਸ 'ਤੇ ਕਿੰਨੀ ਵਧੀਆ ਡੀਲ ਚੱਲ ਰਹੀ ਹੈ, $4 ਦੇ ਵਿੱਚ ਪੂਰੀ ਪੇਟੀ, ਅਦਰਵਾਈਜ਼ ਜੇ ਤੁਸੀਂ ਬਾਹਰੋਂ ਲਉਂਗੇ ਤਾਂ ਇੱਕ ਬੋਤਲ ਹੈ ਜਿਹੜੀ ਇਹ
ਹੈਗੀ ਘੱਟੋ ਘੱਟ ਨਹੀਂ ਤਾਂ $6 ਦੀ ਬੁਲਾਉਣਗੇ, $4 or $6 ਦੀ ਇੱਕ ਬੋਤਲ, ਅਤੇ ਉਰੇ ਆਪਾਂ ਨੂੰ ਮਿਲਦੀਆਂ ਨੇ 6 ਬੋਤਲਾਂ $4 ਦੇ ਵਿੱਚ। ਦੋਸਤੋ ਕੈਨੇਡਾ ਟਰਾਈ ਦੀ ਜਿੰਜਰ ਏਲ ਦੀ ਸੇਮ ਮੈਂ ਪੈਕਿੰਗ ਲੈ ਕੇ ਆਇਆ ਸੀਗਾ ਵਾਲਮਾਰਟ ਤੋਂ, ਉਹ ਮਿਲੀ ਸੀ ਮੈਨੂੰ $7.5 ਦੀ, ਉਹ ਵੀ ਡੀਲ ਦੇ ਵਿੱਚ, ਅਤੇ ਉਰੇ ਦੇਖ ਲਓ ਉਰੇ ਇੱਕ ਲੈਣੀ ਹੈ ਤਾਂ $6.5 ਦੇ ਵਿੱਚ ਤੁਹਾਨੂੰ 12 ਕੈਨ ਮਿਲ ਜਾਣਗੇ, ਵਿਚ ਇਜ਼ ਪ੍ਰੀਟੀ ਚੀਪ। ਚਲੋ ਗਰੋਸਰੀ ਤਾਂ ਸਾਰੀ ਹੋ ਗਈ, ਹੁਣ ਤੁਹਾਨੂੰ ਦਿਖਾ ਦਿੰਦੇ ਸਬਜ਼ੀਆਂ ਦੇ ਰੇਟ, ਉਰੇ ਫਰੂਟਾਂ ਦੇ ਸਬਜ਼ੀਆਂ ਦੇ ਰੇਟ ਕਿਵੇਂ ਕਿਵੇਂ ਨੇ, ਹੈ ਨਾ। ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ, ਆਹ ਪਏ ਨੇ ਐਪਲ ਜਿਹੜੇ ਕਿ ਨੇ $3 ਦੇ, ਥੋੜ੍ਹੇ ਜਿਹੇ ਮਹਿੰਗੇ ਲੱਗੇ ਹੋਣੇ ਕਿਉਂਕਿ ਇਹ USA ਵਾਲੇ ਨੇ, ਕੈਨੇਡਾ ਵਾਲੇ ਨਹੀਂ। ਅਤੇ ਆਹ ਦੇਖੋ ਹੁਣ ਜਿਵੇਂ ਗੱਲ ਐਪਲ ਨੇ, ਆਹੀ $1 ਦੇ ਲੱਗੇ ਹੋਏ ਨੇ, ਇਹੀ $3 ਦੇ ਲੱਗੇ ਹੋਏ ਨੇ, ਕੁਆਲਿਟੀ ਦਾ ਫਰਕ ਹੈ ਬਸ, ਹੋਰ ਕੁਛ ਨਹੀਂ। ਅਤੇ ਆਹ ਤੁਸੀਂ ਆਪੇ ਦੇਖੀ ਚੱਲੋ ਪ੍ਰਾਈਜ਼ ਸਾਰਿਆਂ ਦੇ, ਇਹ ਪਰ ਲਿਬ ਦੇ ਹਿਸਾਬ ਨਾਲ ਨੇ, ਸੱਚ ਕਿਲੋਆਂ ਦੇ ਹਿਸਾਬ ਨਾਲ ਨਹੀਂ, ਪਰ ਲਿਬ, ਲਿਬ ਮੀਨਸ ਪਾਊਂਡ। ਇੱਥੇ ਨਾ ਆਹ ਦੇਖੋ ਜਿਵੇਂ ਨਿੰਬੂ ਦਾ ਰਸ ਨਾ ਕੱਢਿਆ ਕਢਾਇਆ ਬੋਤਲਾਂ 'ਚ ਆਉਂਦਾ, ਤੁਹਾਨੂੰ ਆਪ ਕੱਢਣ ਦੀ ਲੋੜ ਨਹੀਂ, ਇਹ ਤੁਹਾਨੂੰ ਮਿਲੂਗਾ $5 ਦਾ। ਅਤੇ ਜੇ ਨਿੰਬੂ ਲੈਣੇ ਨੇ ਤਾਂ ਨਿੰਬੂ ਮਿਲਣਗੇ ਤੁਹਾਨੂੰ $2 ਦੇ ਪਰ ਲਿਬ, ਲਿਬ ਯਾਨੀ ਕਿ ਪਾਊਂਡ, ਸਮਝ ਜਾਓ ਬਸ ਆਪੇ। ਆਹ ਲੱਗੇ ਹੋਏ ਨੇ ਹਰੇਕ ਚੀਜ਼ਾਂ ਦੇ ਪ੍ਰਾਈਜ਼, ਹੁਣ ਆਹ ਦੇਖੋ ਆਹੀ ਨਿੰਬੂ $5 ਦੇ ਵੀ ਹੈਗੇ ਨੇ, ਇਹ ਸਾਊਥ ਅਫਰੀਕਾ ਦੇ ਨੇ ਪੀਲੇ ਨਿੰਬੂ, ਜੇ ਪੀਲੇ ਲੈਣੇ ਨੇ ਤਾਂ ਤੁਹਾਡੀ ਚੋਇਸ ਆ। ਆਹ ਹੈਗੇ ਨੇ ਗੁਆਟੇਮਾਲਾ ਦੇ ਕੇਲੇ, ਗੁਆਟੇਮਾਲਾ ਯਾਨੀ ਕਿ ਜਿੱਥੋਂ ਬੜੀ ਡੌਂਕੀ ਲਾ ਕੇ ਲੋਕ ਆਉਂਦੇ ਨੇ, ਹੈ ਨਾ, ਅਮਰੀਕਾ ਦੇ ਸਾਈਡ ਤੋਂ, ਮੈਕਸੀਕੋ ਵਾਲੀ ਸਾਈਡ ਤੋਂ, ਉੱਥੋਂ ਦੇ ਕੇਲੇ ਨੇ ਇਹ। ਤਰਬੂਜ਼ ਵਗੈਰਾ ਲੈਣੇ ਤਾਂ $6 ਦਾ ਇੱਕ ਹੈ, ਅਤੇ ਕੋਸਟਾਰੀਕਾ ਇੱਥੇ, ਇੱਥੋਂ ਵੀ ਡੌਂਕੀ ਲਾ ਕੇ ਆਪਣੇ ਬੰਦੇ ਬਹੁਤ ਆਉਂਦੇ ਨੇ। ਇੱਥੋਂ ਵੀ ਅਨਾਨਾਸ ਯਾਨੀ ਕਿ ਪਾਈਨਐਪਲ ਹੈਗਾ $5 ਦਾ ਪਰ ਪੀਸ। ਅੱਗੇ ਚੱਲੀਏ ਆਪਾਂ ਸਬਜ਼ੀਆਂ ਵੱਲ ਨੂੰ ਆਉਂਦੇ ਹਾਂ, ਅਤੇ ਸਬਜ਼ੀਆਂ ਦੀ ਗੱਲ ਕਰੀਏ ਤਾਂ ਜੇ ਤੁਸੀਂ ਖੀਰੇ ਲੈਣੇ ਤਾਂ $2 ਦੇ ਪੈਕ ਬਣੇ ਹਨ ਖੀਰੇ ਦੇ, ਪਰ ਲਿਬ ਦੇ ਹਿਸਾਬ ਨਾਲ ਟਮਾਟਰ ਦੇਖ ਸਕਦੇ ਹੋ। ਅਤੇ ਇੱਧਰ ਨੂੰ ਆ ਜਾਈਏ ਤਾਂ ਆਪਾਂ ਬਸ ਆਪੇ ਦੇਖੀ ਚੱਲੋ ਹਿਸਾਬ ਕਿਤਾਬ, ਜੇ ਗਾਰਲਿਕ ਲੈਣਾ ਤਾਂ ਪਰ ਪਾਉਂਡ ਦੇ ਹਿਸਾਬ ਨਾਲ $2। ਇਹ ਪਹਿਲਾਂ ਮੈਨੂੰ ਪਤਾ ਵੀ ਮਹਿੰਗਾ ਲੱਗ ਰਿਹਾ ਹੋਊਗਾ ਤੁਹਾਨੂੰ ਵੀ ਜੇ ਇੰਡੀਆ ਤੋਂ ਦੇਖ ਰਹੇ ਹੋ, ਲੇਕਿਨ ਜੇ ਕੈਨੇਡਾ ਤੋਂ ਦੇਖ ਰਹੇ ਹੋ ਤਾਂ ਇਹਨਾਂ ਦੇ ਪ੍ਰਾਈਜ਼ ਮਤਲਬ ਫਿਰ ਵੀ ਠੀਕ ਨੇ ਬਾਕੀ ਜਗ੍ਹਾ ਨਾਲੋਂ। ਜੇ ਉਹੀ ਜੇ ਤੁਸੀਂ ਆਹ ਦੇਖੋ ਐਵੋਕੈਡੋ ਹੁਣ ਉਰੇ ਮਿਲ ਰਿਹਾ ਆਲਮੋਸਟ $2.5 ਦਾ, ਹੈ ਨਾ, ਅਤੇ ਇੰਡੀਆ 'ਚ ਤੁਸੀਂ ਗੱਲ ਕਰੋ ਤਾਂ ਇਹ ਘੱਟੋ ਘੱਟ ਤਾਂ 1000 'ਚ ਵੀ ਕਈ ਵਾਰੀ, ਪਰ ਜਿਵੇਂ ਕਹਿ ਲਓ ਕਿ 2-3 ਪੀਸ ਪਰ ਹਾਫ ਕੇਜੀ ਦੇ ਹਿਸਾਬ ਨਾਲ ਚਲੇ ਜਾਂਦੇ ਨੇ। ਮੈਂ ਇੱਕ ਵਾਰੀ ਦੇਖ ਰਿਹਾ ਸੀਗਾ ਐਵੋਕੈਡੋ ਦਾ ਰੇਟ ਲੱਗਿਆ ਹੋਇਆ ਸੀਗਾ ਲਾਈਕ ਫੋਰ ਮੇ ਬੀ 600 ਪਰ ਪੀਸ, 600-700 ਪਰ ਪੀਸ, ਉਸ ਹਿਸਾਬ ਨਾਲ ਤਾਂ ਦੇਖ ਲਓ ਇੱਕ ਲਿਬ ਦੇ ਵਿੱਚ ਇਹ ਚੜ ਜਾਣਗੇ ਘੱਟੋ ਘੱਟ ਨਹੀਂ ਤਾਂ 3-3 ਕੁ, ਹਾਂ 2-3 ਚੜ ਜਾਣੇ ਆਰਾਮ ਨਾਲ, ਉਸ ਹਿਸਾਬ ਨਾਲ ਸਸਤਾ ਹੈ। ਹਾਂ ਦੇਖੋ ਤੁਹਾਨੂੰ ਫੀਲਿੰਗ ਪੂਰੀ ਇੰਡੀਆ ਵਾਲੀ ਆਊਗੀ ਯਾਰ ਰੇਹੜੀਆਂ ਤੋਂ ਸ਼ੋਪਿੰਗ ਕਰਦੇ ਹੋਏ। ਆਪਣੇ ਲੱਗੇ ਹੋਏ ਨੇ ਜਿੰਜਰ ਚਾਈਨੀਜ਼ ਵਾਲੇ, ਇਹ ਥੋੜ੍ਹੇ ਸਸਤੇ ਹੁੰਦੇ ਨੇ ਐਜ਼ ਕੰਪੇਅਰ ਟੂ ਕੈਨੇਡੀਅਨ ਹਨ। ਉਵੇਂ ਆਹ ਲੱਗਿਆ ਹੋਇਆ ਆਪਣਾ ਗਾਰਲਿਕ ਵੱਡਾ ਪੈਕਟ $5 ਦਾ ਇੱਕ ਪੈਕਟ। ਅਤੇ ਇੱਧਰ ਆ ਜਾਂਦੇ ਆਪਾਂ ਫਰੋਜ਼ਨ ਸਬਜ਼ੀਆਂ 'ਤੇ, ਜੇ ਤੁਸੀਂ ਪਾਲਕ ਪੁਲਕ ਲੈਣੀ ਹੈ ਤਾਂ ਉਰੇ ਪਾਲਕ ਨਾ ਸਪਿਨਿਚ ਐਂ ਮਿਲਦੀ ਹੈ, ਇਹਨੂੰ ਬੇਬੀ ਸਪਿਨਿਚ ਕਹਿੰਦੇ ਨੇ। ਇਹ ਆ ਗਿਆ ਆਪਣਾ ਸੈਲਡ ਵਾਲੇ ਪੱਤੇ, ਜੇ ਸੈਲਡਸ ਵਗੈਰਾ ਤੁਸੀਂ ਸ਼ੌਕੀਨ ਹੋ ਖਾਣ 'ਤੇ ਤਾਂ ਆ ਤੁਸੀਂ ਦੇਖ ਸਕਦੇ ਹੋ, ਇਹ ਤੁਹਾਨੂੰ ਮਿਲੂਗਾ $4.5 ਦਾ ਇੱਕ ਪੀਸ, ਜਿਹਦੇ 'ਚ ਤੁਹਾਡਾ ਆਰਾਮ ਨਾਲ 2-3 ਹਫ਼ਤੇ ਲੰਘ ਜਾਣੇ ਨੇ। ਅੱਗੇ ਚੱਲੀਏ ਤਾਂ ਆਪਣੀ ਰੋ ਸਬਜ਼ੀਆਂ,
ਜੇ ਆਮਲੇ ਉਮਲੇ ਲੈਣੇ ਤਾਂ ਆਮਲਾ ਵੀ ਮਿਲਦਾ, ਦੇਖੋ ਇਹ ਆਪਣਾ $7 ਦਾ ਪਰ ਲਿਪ, ਅਤੇ ਨਾਲ ਇਹਨਾਂ ਨੇ ਕੇ ਜੀ ਵੀ ਲਿਖੇ ਅੰਦਰ ਵੀ ਇੰਨੇ ਡੋਲਰ ਦਾ ਇਹ ਤੁਹਾਨੂੰ ਕੇ ਜੀ ਪਊਗਾ 1 ਕਿਲੋ ਲੈਣੇ ਨੇ। ਅੱਗੇ ਅੱਗੇ ਚੱਲੀ ਜਾਈਏ ਤਾਂ ਉਰੇ ਮਿਰਚਾਂ ਵੀ ਹੈ, ਆਹ ਦੇਖੋ ਪੈਕਡ ਆਉਂਦੀਆਂ ਨੇ, ਇਹ $6.5 ਦਾ ਪੈਕਟ ਹੈ ਮਿਰਚ, ਹਰੀਆਂ ਮਿਰਚਾਂ ਦਾ, ਜਿਵੇਂ ਆਪਣੇ ਫ੍ਰੀ ਦਿੰਦੇ ਨੇ ਨਾ ਸਬਜ਼ੀ ਵਾਲੇ ਇੰਡੀਆ 'ਚ। ਅੱਗੇ ਆਪਣੀਆਂ ਆਪਣੀ ਆ ਗਈ, ਅੱਗੇ ਆਪਣੀ ਆ ਗਈ ਆਹ ਸ਼ਿਮਲਾ ਮਿਰਚ ਜਿਹੜੀ ਕਿ ਲੱਗੀ ਹੋਈ ਹੈ, ਜੇ ਕਿਲੋ ਹਿਸਾਬ ਨਾਲ ਦੇਖੀਏ ਤਾਂ $4.5 ਪਰ ਲਿਪ ਦੇ ਹਿਸਾਬ ਨਾਲ ਦੇਖੀਏ ਤਾਂ $2, ਜੋ ਕਿ ਮੈਨੂੰ ਇਹਨਾਂ ਦੇ ਰੇਟ ਕਾਫੀ ਅੱਛੇ ਲੱਗੇ। ਵੈਸੇ ਮੈਂ ਫਸਟ ਟਾਈਮ ਆ ਰਿਹਾ ਐਜ਼ ਕੰਪੇਅਰ ਟੂ ਅਦਰ ਸਟੋਰ ਜਿਵੇਂ ਫ੍ਰਿਲਸ ਨੋ ਫ੍ਰਿਲਸ ਜਾਂ ਹੈ ਨਾ ਦੂਜੇ ਹੋ ਗਏ ਆਪਣੇ ਵਾਲਮਾਰਟ ਵਗੈਰਾ, ਉੱਥੋਂ ਦੀ ਪ੍ਰਾਈਜ਼ ਇਹਨਾਂ ਦੇ ਮਤਲਬ ਕੰਪੇਰੇਟਿਵਲੀ ਵਧੀਆ ਨੇ। ਅਤੇ ਆਹ ਆਪਣੀ ਮਸ਼ਰੂਮ ਆ ਗਈ $3.5 ਦੀ, ਮਸ਼ਰੂਮ ਦੀ ਸਬਜ਼ੀ ਬਣਾਓ ਖਾਓ ਮੌਜ ਬਣਾਓ। ਮਸ਼ਰੂਮ 'ਚ ਵੀ ਤੁਸੀਂ ਆਹ ਦੇਖ ਲਓ ਵਰਾਇਟੀ ਕਿੰਨੀ ਅਲੱਗ ਅਲੱਗ ਤਰ੍ਹਾਂ ਦੀ, ਔਰਗੈਨਿਕ ਮਸ਼ਰੂਮ, ਵਾਈਟ ਮਸ਼ਰੂਮ, ਫਲਾਣਾ ਵੀ ਇਹ ਵੋ। ਅੱਗੇ ਆ ਜਾਂਦੇ ਹਾਂ ਬੈਂਗਣ 'ਤੇ, ਜਿਹੜਾ ਮੈਂ ਖਾਂਦਾ ਨਹੀਂ, ਲੇਕਿਨ ਇਹ ਲੱਗਿਆ ਹੋਇਆ $3 'ਤੇ ਪਰ ਲਿਪ, ਅਤੇ ਕਿਲੋ ਦੇ ਹਿਸਾਬ ਨਾਲ ਗੱਲ ਕਰੀਏ ਤਾਂ 6.5 ਦੇ ਆਸ ਪਾਸ ਪੈ ਰਿਹਾ। ਅਤੇ ਆਹ ਮੇਰਾ ਫੇਵਰੇਟ ਆਈਸਬਰਗ, ਇਹ $3 ਦਾ ਮਿਲ ਰਿਹਾ, ਇਹ ਵਧੀਆ ਚੀਜ਼ ਹੁੰਦੀ ਹੈ, ਲੈਣਾ ਚਾਹੀਦਾ। ਮੇਰਾ ਹਾਲੇ ਲਿੱਤਾ ਹੋਇਆ ਚੱਲ ਰਿਹਾ, ਲੋਕਲ ਹੀ ਲਿਆ ਸੀ ਮੈਂ ਤਾਂ ਮੈਂ ਹਾਲੇ ਲੈ ਨਹੀਂ ਰਿਹਾ, ਅਦਰਵਾਈਜ਼ ਵਧੀਆ ਡੀਲ ਹੈ, $3 ਤਾਂ ਸਸਤਾ। ਅੱਗੇ ਆ ਜਾਂਦੇ ਹਾਂ, ਇਹ ਸੱਚ ਇਹ ਰੈਡਿਸ਼ ਹੈ, ਆਹ ਦੇਖੋ ਇਹੋ ਜਿਹੀ ਮੂਲੀ ਦੇਖੀਏ ਕਦੇ, ਕਨੇਡਾ 'ਚ ਆਹ ਮੂਲੀਆਂ ਚੱਲਦੀਆਂ ਨੇ, ਇਹ ਰੈਡਿਸ਼ ਹੈ, ਆਹ ਦੇਖੋ ਆਹ ਲੱਗੀ ਹੋਈ ਹੈ ਇੰਨੀ $2.5 $2.5 'ਤੇ, ਪ੍ਰੋਡਕਟ ਆਫ ਬ੍ਰਿਟਿਸ਼ ਕੋਲੰਬੀਆ ਰੈਡਿਸ਼। ਮੈਂ ਤਾਂ ਆਪ ਹੈਰਾਨ ਹੋ ਗਿਆ ਪਹਿਲੀ ਵਾਰੀ ਖਾ ਕੇ ਨਾ, ਜਦੋਂ ਮੈਂ ਪਹਿਲੀ ਵਾਰੀ ਆਇਆ ਉਰੇ ਮੈਨੂੰ ਆਂਟੀ ਨੇ ਖਵਾਈ, ਮੈਨੂੰ ਲੱਗਾ ਬੇਰੀਆਂ ਪੂਰੀਆਂ ਆਈਆਂ ਨੇ। ਆਹ ਦੇਖੋ ਜੇ ਤੁਸੀਂ ਧਨੀਆ ਧੁਨੀਆ ਲੈਣਾ ਪਾਰਸਲੇ, ਆਹ ਹੋ ਗਿਆ ਸਿਲਾਂਤਰੋ, ਸਿਲਾਂਤਰੋ ਤੁਹਾਨੂੰ ਮਿਲੂਗਾ $1 ਦਾ, ਆਹ ਦੇਖੋ ਇੱਕ ਕੁੱਟੀ, ਆਪਣੇ ਉੱਥੇ ਫ੍ਰੀ ਦਿੰਦੇ ਨੇ, ਉਰੇ ਧਨੀਆ ਵੀ ਖਰੀਦ ਕੇ ਲੈਣਾ ਪੈਂਦਾ, ਇਹੀ ਹੈ ਕਨੇਡਾ। ਅੱਗੇ ਅੱਗੇ ਚਲੀ ਜਾਈਏ ਤਾਂ ਆਹ ਸਬਜ਼ੀਆਂ ਨੇ, ਤੁਸੀਂ ਦੇਖੀ ਚੱਲੋ ਪ੍ਰਾਈਜ਼ ਉਹਨਾਂ ਦੇ ਨਾਲ ਲੱਗੇ ਨੇ, ਮੈਂ ਫਿਰ ਕਹਿ ਰਿਹਾ ਵੀ ਮੈਂ ਰਿਪੀਟ ਨਹੀਂ ਕਰਦਾ। ਆਹ ਆਪਣੀ ਆ ਗਈ ਗੋਭੀ ਦਾ ਫੁੱਲ, ਜਿਹੜੀ ਮੇਨ ਮੇਨ ਸਬਜ਼ੀਆਂ ਨੇ ਮੈਂ ਸਿਰਫ ਉਹ ਦਿਖਾ ਰਿਹਾ, ਇਹ $5 ਦੀ ਤੁਹਾਨੂੰ ਲੱਗੀ ਹੋਈ ਹੈ ਪਰ ਆਹ ਫੁੱਲ, ਇੱਕ ਫੁੱਲ ਚੱਕੋਗੇ ਤਾਂ $5 ਦਾ ਉਹ। ਅਤੇ ਉਵੇਂ ਆਹ ਗ੍ਰੀਨ ਕੈਬੇਜ, ਅਤੇ ਨਾਲ ਇਹ ਬੇਬੀ ਯੋਕ, ਇਹ ਵੀ ਇੱਕ ਤਰ੍ਹਾਂ ਦਾ ਸਲਾਦ ਪੱਤਾ ਹੀ ਕਹਿ ਲਓ, ਇਹ ਵੀ ਉਹੀ ਹੁੰਦਾ। ਅਤੇ ਆਹ ਆਪਣੇ ਲੱਗੇ ਹੋਏ ਨੇ ਕੌਨ, $7 ਦੇ, 3-4 ਪੀਸ ਆ ਜਾਂਦੇ ਨੇ। ਦੋਸਤੋ ਜੇ ਵੀਡੀਓ ਇੱਥੇ ਤੱਕ ਵਧੀਆ ਲੱਗ ਰਹੀ ਹੈ ਤਾਂ ਥੈਂਕ ਯੂ ਸੋ ਮੱਚ। ਅਤੇ ਕੈਨੇਡਾ ਤਾਂ ਆਪਣੇ 'ਚੋਂ ਸਾਰੇ ਲੋਕ ਹੀ ਆਉਣਾ ਚਾਹੁੰਦੇ ਨੇ, ਬਟ ਕੈਨੇਡਾ ਨਾ ਹੁਣ ਉਨਾ ਅਫੋਰਡੇਬਲ ਨਹੀਂ ਰਿਹਾ ਕਿਉਂਕਿ GIC ਡਬਲ ਹੋ ਚੁੱਕੀ ਹੈ, $10,000 ਵਾਲੀ ਹੁਣ 20,000 ਹੋ ਚੁੱਕੀ ਹੈ, 6 ਲੱਖ ਜਿੱਥੇ ਦੇ ਕੇ ਆਉਂਦੇ ਸੀ ਉੱਥੇ ਹੁਣ 12 ਲੱਖ ਦੇਣਾ ਪੈ ਰਿਹਾ, ਕਾਲਜ ਨੇ ਫੀਸਾਂ ਵਧਾਤੀਆਂ ਨੇ, ਅਤੇ ਇਨਫਲੇਸ਼ਨ ਦੀ ਤਾਂ ਗੱਲ ਹੀ ਛੱਡ ਦਿਓ, ਇਨਫਲੇਸ਼ਨ ਨੇ ਤਾਂ ਮਦਰ ਸਿਸਟਰ ਕਰ ਰੱਖੀ ਹੈ ਨਾ। ਅਤੇ ਇਸੇ ਗੱਲ ਕਰਕੇ ਆਪਣੇ 'ਚੋਂ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਕੋਲ ਇੰਨਾ ਕੈਸ਼ ਨਹੀਂ ਹੁੰਦਾ, ਉਹ ਤਾਂ ਸਲਿਊਸ਼ਨ ਇਹੀ ਹੈ ਲੋਨ, ਠੀਕ ਹੈ, ਬਟ ਲੋਨ ਕਿੱਥੋਂ ਮਿਲੇਗਾ, ਹੈ ਨਾ, ਕੌਣ ਦਊਗਾ ਲੋਨ? ਲੋਨ ਵਾਸਤੇ ਬਹੁਤ ਫਾਰਮੈਲਿਟੀਜ਼ ਹੁੰਦੀਆਂ ਨੇ, ਬਹੁਤ ਝੰਝਟ ਹੁੰਦੇ ਨੇ, ਬੈਂਕ 'ਚ ਜਾਓਗੇ ਬੜੇ ਧੱਕੇ ਖਾਣੇ ਪੈਂਦੇ ਨੇ। ਉਹਦੇ ਵਾਸਤੇ ਮੈਂ ਅੱਜ ਲੈ ਕੇ ਆਇਆ ਇੱਕ ਸਿੰਪਲ ਐਂਡ ਬੈਸਟ ਸਲਿਊਸ਼ਨ, ਜੋ ਕਿ ਹੈ ਗਿਆਨਧਨ। ਗਿਆਨਧਨ ਇੱਕ ਔਨਲਾਈਨ ਐਪਲੀਕੇਸ਼ਨ ਹੈ ਜਿਹੜੀ ਤੁਹਾਨੂੰ ਆਪਣਾ ਡਿਜ਼ਾਇਰਡ ਲੋਨ ਲੈਣ ਲਈ ਹੈਲਪ ਕਰੂਗੀ। ਜਿਹੜਾ ਇੰਟਰਸਟ ਰੇਟ ਤੁਹਾਨੂੰ ਸੂਟ ਕਰਦਾ, ਸਟੱਡੀ ਲੋਨ ਲੈਣਾ ਹੋਵੇ ਜਾਂ ਕੋਈ ਹੋਰ ਲੋਨ ਲੈਣਾ ਹੋਵੇ, ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ, ਅਤੇ ਇਹ ਤੁਹਾਨੂੰ ਦਿਵਾਉਣਗੇ ਬੈਸਟ ਲੋਨ ਇਨ ਮਾਰਕੀਟ। ਅਤੇ ਜੇ ਤੁਸੀਂ ਹੋਰ ਗਿਆਨਧਨ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾ, ਉਹ 'ਤੇ ਕਲਿੱਕ ਕਰਕੇ ਤੁਸੀਂ ਇਹਨਾਂ ਨੂੰ ਚੈੱਕਆਊਟ ਕਰ ਸਕਦੇ ਹੋ, ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ ਕਿ ਆਈ ਐਮ ਅ ਸਟੂਡੈਂਟ, ਆਈ ਵਾਂਟ ਟੂ ਗੋ ਟੂ ਕੈਨੇਡਾ, ਮੈਨੂੰ ਸਟੱਡੀ ਲੋਨ ਚਾਹੀਦਾ,
ਤੇ ਇਹ ਤੁਹਾਨੂੰ ਬੈਸਟ ਆਫਰਸ ਦੇਣਗੇ ਲੋਨ ਵਾਸਤੇ। ਠੀਕ ਹੈ, ਤਾਂ ਆਪਾਂ ਵੀਡੀਓ ਕੰਟੀਨਿਊ ਕਰੀਏ, ਚਲੋ ਆ ਜਾਓ। ਦੋਸਤੋ ਜੇ ਬ੍ਰੈਡ ਲੈਣੀ ਹੈ ਤਾਂ ਬ੍ਰੈਡ ਤੁਹਾਨੂੰ ਮਿਲੂਗੀ ਕੁਛ ਆ ਰੇਂਜ ਦੇ ਵਿੱਚ, ਜਿਵੇਂ ਮੈਂ ਆ ਲਈ ਹੈ ਹੋਲ ਵੀਟ ਬ੍ਰੈਡ, ਤਾਂ ਇਹ ਮੈਨੂੰ ਮਿਲੀ ਹੈ ਆਲਮੋਸਟ ਨਹੀਂ ਤਾਂ $3.5 ਦੀ ਇੱਥੋਂ ਦੀ। ਆ ਦੇਖੋ ਆਹ ਬ੍ਰੈਡ, ਨਾਲੇ ਇੱਕ ਗੱਲ ਹੋਰ ਵੀ, ਇੱਥੇ ਜਦੋਂ ਵੀ ਤੁਸੀਂ ਬ੍ਰੈਡ ਜਾਂ ਬੇਕਡ ਚੀਜ਼ ਕੋਈ ਵੀ ਚੱਕਣੀ ਹੈ, ਸਭ ਤੋਂ ਪਹਿਲਾਂ ਉਹਦੇ ਇੰਗਰੀਡੀਐਂਟਸ ਦੇਖਣੇ ਨੇ ਪਿੱਛੇ, ਲਾਈਕ ਅੰਡਾ ਉਂਡਾ ਤਾਂ ਨਹੀਂ ਪਾਇਆ ਹੋਇਆ, ਕਿਉਂਕਿ ਕੁਛ ਬ੍ਰੈਡ ਦੇ ਵਿੱਚ ਇਹ ਅੰਡਾ ਪਾਉਂਦੇ ਨੇ। ਨਹੀਂ ਇਹਦੇ 'ਚ ਹੈ ਨੀਗਾ, ਇਹ ਆਪਾਂ ਲੈ ਲੈਂਦੇ ਹਾਂ। ਜੇ ਤੁਸੀਂ ਮਲਟੀਗ੍ਰੇਨ ਬ੍ਰੈਡ ਖਾਣ ਦੇ ਸ਼ੌਕੀਨ ਹੋ ਤਾਂ ਆਹ ਦੇਖੋ ਅਲੱਗ ਅਲੱਗ ਤਰ੍ਹਾਂ ਦੇ ਫਲੇਵਰ ਨੇ ਬ੍ਰੈਡ ਦੇ ਵਿੱਚ, ਇੰਨੀ ਵਰਾਇਟੀ ਇਹਨਾਂ ਕੋਲ। ਜੇ ਓਟਸ ਵਾਲੀ ਬ੍ਰੈਡ ਖਾਣੀ ਹੈ, ਮਲਟੀਗ੍ਰੇਨ ਖਾਣੀ ਹੈ, ਤਾਂ ਇੱਦਾਂ $4-4 ਦੇ ਵਿੱਚ ਤੁਹਾਨੂੰ ਆਹ ਮਿਲ ਜੂਗੀ। ਪਲੱਸ ਇਹਦੇ 'ਚ ਇੱਕ ਗੱਲ ਹੋਰ ਹੈ ਵੀ ਇਹਦਾ ਜਿਹੜਾ ਸਾਈਜ਼ ਹੈ ਇਹ ਛੋਟਾ। ਆਹ ਦੇਖੋ ਐਸ ਕੰਪੇਅਰ ਟੂ, ਜੇ ਮੇਰੇ ਵਾਲੀ ਬ੍ਰੈਡ ਦਿਖਾਵਾਂ ਤੁਹਾਨੂੰ ਮੈਂ, ਤਾਂ ਆਹ ਦੇਖੋ ਮੇਰੇ ਵਾਲੀ ਬ੍ਰੈਡ ਕਿੰਨੀ ਹੈ, ਹੈ ਨਾ, ਅਤੇ ਆਹ ਕਿੱਡੀ ਹੈ, ਆਲਮੋਸਟ ਹਾਫ ਹੀ ਹੈ। ਬਰਗਰ ਬੰਸ ਆ ਗਏ, ਜੇ ਤੁਸੀਂ ਬਰਗਰ ਦੇ ਸ਼ੌਕੀਨ ਹੋ ਤਾਂ $6 ਦਾ ਤੁਹਾਨੂੰ ਆਸ ਪਾਸ ਪਊਗਾ ਟੈਕਸ ਪਾ ਕੇ, 6 ਤਾਂ ਨਹੀਂ, ਯਾਨੀ ਕਿ 5 ਕੁ ਤਾਂ ਪਊਗਾ। ਇਹ ਆਪਣੇ ਆ ਗਏ ਬੇਗਲਸ ਵਗੈਰਾ, ਬੀਗਲ ਜੋ ਮਰਜ਼ੀ ਕਹਿ ਲਓ, ਮੈਂ ਬੇਗਲ ਹੀ ਕਹਿੰਦਾ, ਇਹ ਤੁਹਾਨੂੰ ਮਿਲ ਜਾਣਗੇ ਡੀਲ ਦੇ ਵਿੱਚ, ਜਿਹੜੇ ਨੇ ਆਲਮੋਸਟ $4 ਦੇ। ਸਾਰੀ ਜਿਹੜਾ ਮਰਜ਼ੀ ਫਲੇਵਰ ਲੈ ਲਓ, ਇਹਦੇ 'ਚ ਵੀ ਫਲੇਵਰ ਇੰਨੇ ਕੁ ਜ਼ਿਆਦਾ ਨੇ ਨਾ, ਲਾਈਕ ਚੀਜ਼ ਵਾਲੇ, ਸੈਸਮੇ ਵਾਲੇ, ਜਦੋਂ ਦਿਖਾਵਾਂ। ਹਾਂ ਦੇਖੋ ਆਹ, ਅਤੇ ਜੇ ਗਾਰਲਿਕ ਵਾਲੇ ਲੈਣੇ ਨੇ, ਪਰਮੇਜੀਅਨ ਚੀਜ਼ ਵਾਲੇ, ਤਾਂ ਆਹ ਹੈ ਨਾ, ਸਿਗਨੇਚਰ ਵਾਲੇ ਲੈਣੇ, ਆਹ ਬਲੂਬੈਰੀ ਵਾਲੇ, ਆਹ ਮਤਲਬ ਤੇ ਹੈ ਅਨਲਿਮਿਟਡ ਵਰਾਇਟੀ, ਅਨਲਿਮਿਟਡ, ਕੋਈ ਅੰਤ ਹੈ ਨਹੀਂ। ਦੇਖਦਾ ਦੋਸਤੋ, ਆਹ ਦੇਖੋ, ਅਤੇ ਜੇ ਤੁਸੀਂ ਕੁਲਚਿਆਂ ਦੇ ਸ਼ੌਕੀਨ ਹੋ ਤਾਂ ਇੱਥੋਂ ਤੁਹਾਨੂੰ ਕੁਲਚੇ ਵੀ ਮਿਲ ਜਾਣਗੇ, ਨਾਲੇ ਹੈਵੀ ਐਗ ਫਰੀ। ਆਹ ਦੇਖੋ ਸਾਹਮਣੇ ਲਿਖਿਆ ਹੋਇਆ ਐਗ ਫਰੀ ਕੁਲਚੇ ਨੇ। ਅਤੇ ਹਾਂ, ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ, ਵੀ ਜਦੋਂ ਵੀ ਤੁਸੀਂ ਬ੍ਰੈਡ ਵਗੈਰਾ ਲੈਣੀ ਆ ਤਾਂ ਉਰੇ ਨਾ ਬ੍ਰੈਡ ਦੇ ਉਰੇ ਆ ਡੇਟ ਪਾਈ ਹੁੰਦੀ ਹੈ, ਇਹ 22 ਅਕਤੂਬਰ ਤੱਕ ਬ੍ਰੈਡ ਜਿਹੜੀ ਹੈ ਠੀਕ ਹੈ, ਹੈ ਨਾ, ਉਸ ਤੋਂ ਬਾਅਦ ਐਕਸਪਾਇਰ ਹੋ ਜੂਗੀ, ਤਾਂ ਇਹ ਵੀ ਤੁਸੀਂ ਚੀਜ਼ ਦੇਖ ਕੇ ਲੈਣੀ ਹੈ ਵੈਨ ਐਵਰ ਯੂ ਗੋਨਾ ਬਾਏ ਐਨੀਥਿੰਗ ਬੇਕਡ ਇਨ ਕੈਨੇਡਾ। ਜੇ ਤੁਸੀਂ ਬਰਥਡੇ ਵਗੈਰਾ ਵੀ ਸੈਲੀਬ੍ਰੇਟ ਕਰ ਰਹੇ ਤਾਂ ਐਗਲੈਸ ਕੇਕਸ ਦੀ ਵਰਾਇਟੀ ਤੁਹਾਨੂੰ ਇੱਥੇ ਮਿਲ ਜੂਗੀ, ਲਾਈਕ ਆਹ ਜਿਵੇਂ ਕੇਕ ਲੱਗੇ ਹੋਇਆ, ਥੋੜ੍ਹੇ ਮਹਿੰਗੇ ਜ਼ਰੂਰ ਨੇ, ਬਟ ਯਾ ਯੂ ਹੈਵ ਟੂ ਪੇ ਦਾ ਪ੍ਰਾਈਸ ਆਫ ਬੀਂਗ ਵੈਜੀਟੇਰੀਅਨ। ਆਹ ਦੇਖੋ $19 ਦਾ ਕੇਕ ਹੈ, ਉਹੀ ਜੇ ਨੀਚੇ ਵਾਲਾ ਕੇਕ ਤੁਹਾਨੂੰ ਦਿਖਾਵਾਂ ਤਾਂ ਆਈ ਥਿੰਕ ਇਹ ਅੰਡੇ ਵਾਲਾ ਹੈ, ਲੇਕਿਨ ਇਹਦਾ ਪ੍ਰਾਈਜ਼ ਦੇਖੋ, ਇਹੀ ਫਰਕ ਹੁੰਦਾ ਥੋੜ੍ਹਾ ਜਿਹਾ ਬਸ। ਅਤੇ ਦੋਸਤੋ ਇਹੋ ਜਿਹੇ ਦੇਸ਼ਾਂ ਦੇ ਵਿੱਚ ਨਾ ਤੁਹਾਨੂੰ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ, ਜਿਹਦੇ ਕਰਕੇ ਡਰਾਈ ਫਰੂਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਅੱਗੇ ਠੰਡਾਂ ਸ਼ੁਰੂ ਹੋ ਜਾਣੀਆਂ ਨੇ, ਫਿਰ ਆਪਣੇ ਵਰਗੇ ਜਿਹੜੇ ਵੈਜੀਟੇਰੀਅਨ ਨੇ ਉਹ ਬੇਚਾਰੇ ਬਾਹਰ ਖਾਂਦੇ ਨੇ, ਜਿਹਨਾਂ ਮੀਟ ਵੀ ਨਹੀਂ ਖਾਣਾ, ਸੋ ਆਪਣਾ ਤਾਂ ਇਹੀ ਮੀਟ ਹੈ, ਆਪਣਾ ਪ੍ਰੋਟੀਨ ਵਗੈਰਾ ਪੂਰਾ ਕਰਨ ਲਈ, ਕਾਰਬਸ ਐਂਡ ਕੈਲਸ਼ੀਅਮ ਐਂਡ ਹੈਲਦੀ ਫੈਟਸ, ਆਪਾਂ ਨੂੰ ਆਹ ਚੀਜ਼ਾਂ ਖਾਣੀਆਂ ਪੈਂਦੀਆਂ ਨੇ। ਤਾਂ ਮੈਂ ਲੈਂਦਾ ਇੱਕ ਪੈਕਿੰਗ ਇਹਦੀ, ਇਹਦੇ 'ਚ ਆਪਾਂ ਨੂੰ ਮਿਲ ਜੂਗਾ ਕਾਜੂ ਨੇ, ਬਦਾਮ ਨੇ, ਥੋੜ੍ਹੇ ਜਿਹੇ ਵਾਲਨਟਸ ਨੇ, ਯਾ ਆਈ ਥਿੰਕ ਜੋ ਮੈਨੂੰ ਚਾਹੀਦਾ ਸਭ ਕੁਛ ਇਹਦੇ 'ਚ ਹੈਗਾ। ਇੱਕ ਹੈਗਾ ਆਂਵਲਾ ਵੀ, ਇਹ ਵੀ, ਬਟ ਆਡਰ ਨੋ ਕਿਹੜੇ ਵਾਲਾ ਲੈਣਾ ਚਾਹੀਦਾ, ਇਹਦੇ ਸਭ ਕੁਛ ਹੀ ਆਲਮੋਸਟ, ਇਹ ਲੈ ਲੈਂਦਾ, ਇਹਦੇ ਸਭ ਕੁਛ ਹੀ ਆ ਰਿਹਾ ਆਲਮੋਸਟ, ਔਰ ਥੋੜ੍ਹਾ ਵਿੱਚ ਜੈਮਸ ਜੀਆਂ ਵੀ ਪਾਈਆਂ ਹੋਈਆਂ ਨੇ, ਹੈ ਨਾ, ਸਨੈਕਿੰਗ ਕਰਨ ਵਾਸਤੇ ਵਧੀਆ, ਲਾਈਕ ਜੇ ਭੁੱਖ ਲੱਗੀ ਹੈ। ਆਮ ਗੋਇੰਗ ਟੂ ਬਾਏ ਦਿਸ ਵਨ, ਇਹ ਕਿੱਡੇ ਦਾ, ਇਹ ਹੈਗਾ ਆਪਣਾ $8 ਦਾ, ਬਟ ਯਾ ਵਰਥ ਇਟ। ਦੋਸਤੋ ਜੇ ਤੁਸੀਂ ਆਲੂ ਵੀ ਲੈਣੇ ਨੇ ਤਾਂ ਜਿਵੇਂ ਆਹ ਵੱਡੀ ਬੋਰੀ ਹੈ, ਇਹ ਤੁਹਾਨੂੰ ਮਿਲ ਜੂਗੀ 4.5 ਕਿਲੋ ਦੀ ਬੋਰੀ ਹੈ, ਇਹ ਤੁਹਾਨੂੰ ਮਿਲ ਜੂਗੀ $10 ਦੇ ਵਿੱਚ, ਹੈ ਨਾ। ਉਸੇ ਤਰ੍ਹਾਂ ਇਹ ਅਲੱਗ ਤਰ੍ਹਾਂ ਦੇ ਆਲੂ ਨੇ, ਲਾਈਕ ਸ਼ੂਗਰ ਫਰੀ ਹੋਣਗੇ ਆਈ ਥਿੰਕ, ਇਹ $8 ਦੀ ਹੈ ਸੇਮ ਬੋਰੀ। ਉਸੇ ਤਰ੍ਹਾਂ ਇਹ ਅੱਗੇ ਹੋਰ ਵਰਾਇਟੀ ਹੈ, ਇੱਦਾਂ ਕਰਦੇ ਕਰਦੇ ਤੁਹਾਨੂੰ ਮਿਲ ਜਾਣਗੇ। ਅਤੇ ਜੇ ਤੁਸੀਂ ਰੈੱਡ ਅਨੀਅਨ ਲੈਣੇ ਇੰਡੀਆ ਵਾਲੇ, ਉਹ ਤੁਹਾਨੂੰ ਮਿਲ ਜਾਣਗੇ $9 ਦੇ ਵਿੱਚ, $9 ਦੇ ਵਿੱਚ ਤੁਹਾਨੂੰ ਮਿਲੂਗਾ ਆਹ ਕੱਟਾ ਜਿਹਾ, ਇਹ ਕੱਟਾ ਹੈਗਾ 2.18 kg ਦਾ, ਠੀਕ ਹੈ ਜੀ, ਆਹ ਕੱਟਾ
ਤੇ ਜੇ ਵਾਈਟ ਅਨੀਅਨ ਲੈਣੇ ਨੇ ਤਾਂ ਅੱਗੇ ਅੱਗੇ ਵਾਈਟ ਵੀ ਸ਼ੁਰੂ ਹੋ ਜਾਣਗੇ। ਯੈਲੋ ਆਹ ਦੇਖੋ, ਯੈਲੋ ਮੀਡੀਅਮ, ਇੱਥੇ ਨਾ ਵਾਈਟ ਅਨੀਅਨ, ਯੈਲੋ, ਰੈੱਡ, ਇੱਦਾਂ ਅਲੱਗ ਅਲੱਗ ਮਿਲਦੇ ਨੇ। ਅਤੇ ਜੇ ਤੁਸੀਂ ਬਰੋਕਲੀ ਲੈਣੀ ਹੈ ਤਾਂ ਬਰੋਕਲੀ ਦੇਖੋ $3 ਦੀ ਤੁਹਾਨੂੰ ਪਰ ਪਾਉਂਡ ਮਿਲ ਜੂਗੀ। ਅਤੇ ਦੋਸਤੋ ਸੈਲਫ ਚੈੱਕਆਊਟ ਦੀਆਂ ਵੀ ਇੱਦਾਂ ਮਸ਼ੀਨਸ ਲੱਗੀਆਂ ਹੁੰਦੀਆਂ ਨੇ, ਬਸ ਤੁਸੀਂ ਆਪਣਾ ਸਮਾਨ ਉਰੇ ਲਿਆਉਣਾ, ਠੀਕ ਹੈ। ਇੱਕ ਕਰਕੇ ਸਟਾਰਟ ਸਕੈਨ 'ਤੇ ਕਲਿੱਕ ਕਰ ਦਿੰਦੇ ਹਾਂ। ਜਿਵੇਂ ਮੈਂ ਇਹਨੂੰ ਸਕੈਨ ਕਰਨਾ ਤਾਂ ਯੂ ਹੈਵ ਸੀਨ ਪਲੱਸ ਕਾਰਡ, ਯੈਸ ਆਈ ਹੈਵ, ਬਾਅਦ 'ਚ ਪਾ ਦਾਂਗੇ ਕੋਈ ਗੱਲ ਨਹੀਂ। ਆਹ ਦੇਖੋ, ਇਹਨੂੰ ਬਸ ਐਂ ਸਕੈਨ ਕੀਤਾ, ਆਹ ਦੇਖੋ ਰੇਟ ਲੱਗ ਗਿਆ। ਉਸੇ ਤਰ੍ਹਾਂ ਇਹਨੂੰ ਸਕੈਨ ਕੀਤਾ, ਇਹਦਾ ਕਿਊ ਆਰ ਕੋਡ ਲੱਗ ਗਿਆ। ਇਸ ਤਰ੍ਹਾਂ ਸਾਰੇ ਆਪਾਂ ਕਰ ਲੈਣੇ ਨੇ ਇੱਕ ਇੱਕ ਕਰਕੇ ਆਪਣੇ ਆਪ ਇਮਾਨਦਾਰੀ ਨਾਲ। ਹਾਂ ਦੇਖੋ ਜੀ, ਆਪਾਂ ਪੇਮੈਂਟ ਕਰਤੀ ਇੱਥੋਂ ਦੀ, ਅਤੇ ਆਪਣੀ ਆ ਗਈ ਰਿਸਿਪਟ, ਇਹ ਆਪਾਂ ਲੈ ਲਈ। ਅਤੇ ਹੁਣ ਆਪਾਂ ਸਮਾਨ ਪਾਵਾਂਗੇ ਆਪਣੇ ਵਾਲਮਾਰਟ ਵਾਲੇ ਬੈਗ 'ਚ, ਕਿਉਂਕਿ ਆਪਾਂ $3 ਬਚਾ ਲਈ। ਇਟ ਫੀਲਸ ਲਾਈਕ ਸਮਗਲਿੰਗ ਸਬਵੇ ਇਨਸਾਈਡ ਆਫ ਆ ਮੈਕਡੋਨਲਡਸ। ਚਲੋ ਠੀਕ ਹੈ, ਆਪਾਂ ਨੂੰ ਰਿਵਾਰਡ ਮਿਲ ਗਏ ਆਈ ਥਿੰਕ ਅੱਜ $10 ਦੇ। ਬਾਕੀ ਮਰਜ਼ੀ ਹੁੰਦੀ ਆ, ਦੇਖੋ ਜਿਵੇਂ ਆਹ ਕਾਊਂਟਰ ਲੱਗੇ ਨੇ ਉੱਥੇ, ਇੱਥੇ ਵੀ ਬਿਲਿੰਗ ਹੋ ਸਕਦੀ ਹੈ। ਜੇ ਤੁਸੀਂ ਆਪੇ ਕਰਨੀ ਘੱਟ ਆਈਟਮਾਂ ਨੇ ਤਾਂ ਤੁਸੀਂ ਲਾਈਨ ਸਕਿੱਪ ਕਰਕੇ ਆਪੇ ਵੀ ਕਰ ਸਕਦੇ ਹੋ, ਹੈ ਨਾ। ਲਓ ਵੀ ਦੋਸਤੋ, ਆਹ ਸੀਗਾ ਆਪਣਾ ਫਰੈਸ਼ਕੋ ਦਾ ਐਕਸਪੀਰੀਅੰਸ। ਲਓ ਵੀ ਦੋਸਤੋ, ਮੈਨੂੰ ਲੱਗਦਾ ਕਿ ਮੈਂ ਜਿੰਨੀ ਵੀ ਅਸੈਂਸ਼ੀਅਲ ਆਈਟਮ ਸੀਗੀਆਂ ਆਪਣੇ ਇੰਡੀਅਨ ਗਰੋਸਰੀ ਦੀਆਂ ਉਹ ਸਾਰੀਆਂ ਆਲਮੋਸਟ ਕਵਰ ਕਰ ਹੀ ਲਈਆਂ, ਲੇਕਿਨ ਜੇ ਕੋਈ ਰਹਿ ਵੀ ਗਈ ਹੋਵੇ ਤਾਂ ਉਹਦੇ ਲਈ ਮਾਫੀ। ਅਪਾਰਟ ਫਰੋਮ ਦੈਟ, ਜੇ ਤੁਹਾਨੂੰ ਕੋਈ ਚੀਜ਼ ਇੱਥੋਂ ਨਾ ਵੀ ਮਿਲੇ ਤਾਂ ਤੁਸੀਂ ਆਪਣੇ ਇੰਡੀਅਨ ਦੇਸੀ ਸਟੋਰ ਬੜੇ ਨੇ ਜਿਹਨਾਂ ਦਾ ਲਾਈਕ ਦੇ ਆਰ ਨੋਟ ਬ੍ਰਾਂਡ ਔਰ ਸਮਥਿੰਗ, ਲੇਕਿਨ ਉਰੇ ਆਪਣੇ ਬੰਦਿਆਂ ਨੇ ਖੁੱਲ੍ਹੇ ਹੋਏ ਨੇ, ਤਾਂ ਉੱਥੋਂ ਤਾਂ ਤੁਹਾਨੂੰ ਅੰਡਰ 110% ਹਰੇਕ ਚੀਜ਼ ਮਿਲੀ ਲੈਣੀ ਹੈ। ਸੋ ਉਹ ਮਿਸਕਨਸੈਪਸ਼ਨ ਜਿਹੜਾ ਅੱਗੇ ਹੁੰਦਾ ਸੀ ਵੀ ਕਨੇਡਾ ਦੇ ਵਿੱਚ ਆ ਤਾਂ ਤੁਸੀਂ ਤਾਂ ਆਹ ਚੀਜ਼ ਖਾਂਦੇ ਨਹੀਂ ਹੋਣੇ, ਨਹੀਂ ਉਰੇ ਅਸੀਂ ਇਹ ਸਭ ਕੁਛ ਹੀ ਖਾ ਲਈਦਾ, ਇਹ ਸਾਰੀਆਂ ਚੀਜ਼ਾਂ ਉਰੇ ਮਿਲਦੀਆਂ ਨੇ। ਸੋ ਇਹੋ ਜਿਹੀ ਕੋਈ ਗੱਲ ਨਹੀਂ, ਪੂਰਾ ਇੰਡੀਆ ਹੀ ਹੈ ਇਹ। ਹੁਣ ਉਹ ਕਨੇਡਾ, ਉਹ ਕਨੇਡਾ ਨਹੀਂ ਰਿਹਾ ਜਿਹੜਾ ਅੱਜ ਤੋਂ 10-15 ਸਾਲ ਪਹਿਲਾਂ ਸੀਗਾ, ਹੈ ਨਾ। ਅੱਜ ਕੱਲ੍ਹ ਇੱਥੇ ਸਭ ਕੁਛ ਹੀ ਹੈ। ਅਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਜੇ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ, ਅਤੇ ਲਾਈਕ ਆਪ ਵੀ ਲਾਈਕ ਕਰ ਦਿਓ। ਅਪਾਰਟ ਫਰੋਮ ਦੈਟ, ਥਿੰਕ ਆਪਾਂ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੇਂ ਟੋਪਿਕ ਦੇ ਨਾਲ, ਕਿਸੇ ਨਵੇਂ ਵਲੌਗ ਦੇ ਨਾਲ। ਬਾਏ ਬਾਏ। ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਪੰਜਾਬੀ ਏਰੀਆ, ਪੰਜਾਬੀ ਏਰੀਆ, ਆਪੇ ਹਿਸਾਬ ਲਾ ਲਓ ਹੁਣ। ਜਿੱਥੇ ਸਾਇੰਸ ਦੇ ਵਿੱਚ ਵੀ ਪੰਜਾਬੀ 'ਚ ਲਿਖਣਾ ਪੈ ਜਾਵੇ ਇਹਨਾਂ ਨੂੰ, ਗੁਜਰਾਤੀ 'ਚ ਲਿਖਣਾ ਪੈ ਜਾਵੇ, ਉਰਦੂ 'ਚ ਲਿਖਣਾ ਪੈ ਜਾਵੇ, ਕਿੰਨੇ ਦੇਸੀ ਲੋਕ ਆਪਣੇ ਉਰੇ ਹੋਣਗੇ ਇਹਦਾ ਮਤਲਬ। ਤੂੰ ਵੀ ਪੰਜਾਬੀ ਯਾਰ, ਜਿਸ ਹਿਸਾਬ ਨਾਲ ਪੰਜਾਬੀ ਟੱਕਰਨ ਡਿਆ, ਮੈਨੂੰ ਲੱਗਦਾ ਏਜੰਟ ਕਿਤੇ ਸਾਨੂੰ ਤਰਨ ਤਾਰਨ 'ਤੇ ਨਹੀਂ ਲਾ ਗਿਆ।